दुखियां गरीबां दे लई खंडा खड़काया तैं।
ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਉਹ ਧਰਤੀ ਪੂਜਣ ਯੋਗ ਹੋ ਜਾਂਦੀ ਹੈ ਜਿੱਥੇ ਗੁਰੂ ਤੇ ਗੁਰੂ ਦੀ ਸੰਗਤ ਜਾ ਕੇ ਬਿਰਾਜਮਾਨ ਹੋ ਜਾਵੇ ਉਹਦੀ ਖਾਕ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਸ ਖਾਕ ਨੂੰ ਚੁੱਕ ਕੇ ਕੋਈ ਪਾਪੀ ਵੀ ਆਪਣੇ ਮਸਤਕ ਦੇ ਨਾਲ ਲਾ ਲਵੇ ਤੇ ਉਹਦੇ ਪਾਪ ਕੱਟੇ ਜਾਂਦੇ ਆਪ ਗੁਰੂ ਕੀ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਸਵੇਰ ਤੋਂ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਤੇ ਬੈਠੇ ਵੀ ਉਸ ਸਤਿਗੁਰੂ ਦੇ ਸਨਮੁਖ ਹੋ ਜਿਹੜਾ ਗੁਰੂ ਇੰਨੀ ਸਮਰੱਥਾ ਰੱਖਦਾ ਵੀ ਸਾਡੇ ਮੱਥੇ ਤੇ ਹੱਥ ਫੇਰ ਕੇ ਸਾਡੇ ਲੇਖ ਬਦਲ ਸਕਦਾ ਇੰਨੀ ਸ਼ਕਤੀ ਰੱਖਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਬਦ ਕਿਸਮਤ ਵੀ ਆਵੇ ਤੇ ਸਤਿਗੁਰੂ ਦੇ ਚਰਨਾਂ ਤੇ ਡਿੱਗ ਪਵੇ ਤੇ ਚੰਗੇ ਭਾਗਾਂ ਵਾਲਾ ਕਿਸਮਤ ਵਾਲਾ ਬਣ ਕੇ ਚੱਲਿਆ ਜਾਂਦਾ ਇੱਥੇ ਭਿਖਾਰੀ ਆਵੇ ਰਾਜ ਦੀ ਮੰਗ ਕਰੇ ਤੇ ਮੇਰਾ ਦਾਤਾ ਨੂੰ ਰਾਜਾ ਬਣਾ ਕੇ ਰੱਖ ਦਿੰਦਾ ਇਹ ਉਹ ਸਮਰੱਥ ਗੁਰੂ ਹੈ ਜਿਹਦੇ ਬਾਬਤ ਪੱਟ ਸਾਹਿਬਾਨ ਜੀ ਕਹਿੰਦੇ ਨੇ ਸਮਰੱਥ ਗੁਰੂ ਸਿਰ ਹੱਥ ਧਰੇ ਤੋ ਆਓ ਉਸ ਗਰੀਬ ਨੂੰ ਅੱਜ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਲਈਏ ਤਰਲਾ ਕਿ ਮੇਰਾ ਦਾਤਾ ਕਿਤੇ ਆਪਣਾ ਮੁਬਾਰਕ ਹੱਥ ਸਾਡੇ ਸਿਰ ਤੇ ਰੱਖ ਦੇਵੇ ਸਾਡੇ ਸੀਸ ਤੇ ਰੱਖ ਦੇਵੇ ਸਰਬੱਤ ਮਾਈ ਭਾਈ ਮਨ ਦੇ ਵਿੱਚ ਇੱਕ ਲੋਚਨਾ ਲੈ ਕੇ ਵੇਦਨਾ ਬਣਾ ਕੇ ਮਨ ਦੀ ਭਾਵਨਾ ਪਰਪੱਕਤਾ ਬਣਾ ਕੇ ਮੇਰੇ ਸਤਿਗੁਰੂ ਨੂੰ ਸੀਸ ਚੁਕਾਓ ਮੇਰੇ ਪਰਮਾਤਮਾ ਦੇ ਕੋਲੋਂ ਮਨ ਬਿਰਤੀ ਦੀ ਇਕਾਗਰਤਾ ਦੀ ਦਾਤ ਮੰਗੀ ਹੈ ਸਰਬੱਤ ਮਾਈ ਭਾਈ ਫਤਿਹ ਦਾ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਉਂਦੇ ਹੋਏ ਪਿਆਰ ਵਿੱਚ ਆਓ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲੋਂ ਕੌਮ ਦਾ ਸਤਿਕਾਰਿਆ ਹੋਇਆ ਕਵੀ ਸ਼੍ਰੀ ਜਥਾ ਗਿਆਨੀ ਹੀਰਾ ਸਿੰਘ ਜੀ ਮੁਗਲ ਚੱਕ ਗਿਆਨੀ ਜਤਿੰਦਰਪਾਲ ਸਿੰਘ ਜੀ ਨਗਰ ਢੱਡੇ ਅਤੇ ਬੜੇ ਪਿਆਰੇ ਜਥੇਦਾਰ ਉਹਨਾਂ ਦੇ ਨਾਲ ਗੁਰਬਾਣੀ ਦੀ ਤਸ਼ਬੀਹ ਦੇ ਕੇ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਇਤਿਹਾਸ ਦੀ ਪੜਚੋਲ ਕਰਨ ਵਾਲੇ ਸ਼ਰਧਾ ਭਾਵਨਾ ਦੇ ਨਾਲ ਇਤਿਹਾਸ ਦੇ ਜ਼ਰੀਏ ਹਾਜ਼ਰੀ ਭਰ ਕੇ ਗਏ ਨੇ ਤੋ ਮੇਰਾ ਮਨ ਬਣਿਆ ਵੀ ਗਿਆਨੀ ਜੀ ਹੁਣਾਂ ਨੇ ਅੱਜ ਛੇਵੇਂ ਦਾ ਤਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਅੱਜ ਦੇ ਦਿਨ ਆਪਣੀ ਜੋਤ ਸਤਿਗੁਰੂ ਮਹਾਰਾਜ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਵਿੱਚ ਸਥਾਪਿਤ ਕੀਤੀ ਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸਰੀਰ ਕਰਕੇ ਚਾਹੇ ਸੱਚਖੰਡ ਬਿਰਾਜੇ ਜੋਤ ਕਰਕੇ ਮੇਰੇ ਸਤਿਗੁਰੂ ਅੱਜ ਵੀ ਸਾਡੇ ਵਿੱਚ ਮੌਜੂਦ ਨੇ ਤੋ ਮਹਾਰਾਜ ਕਿਰਪਾ ਕਰਨ ਮੇਰਾ ਮਨ ਬਣਿਆ ਕਿ ਛੇਵੇਂ ਦਾ ਤਾਰ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਆਪ ਜੀ ਦੀ ਪਾਵਨ ਖਿਦਮਤ ਵਿੱਚ ਰੱਖਾਂ ਪਰ ਉਹਦੇ ਤੋਂ ਪਹਿਲੋਂ ਸਿਆਣੇ ਕਹਿੰਦੇ ਨੇ ਸਮੇਂ ਦੀ ਨਿਵਾਜ ਤੇ ਕੁਵੇਲੇ ਦੀਆਂ ਟੱਕਰਾਂ ਨੰਬਰ ਦੋ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਈਦ ਤੋਂ ਬਾਅਦ ਤੰਬਾ ਫੂਕਣ ਦਾ ਫਾਇਦਾ ਕੋਈ ਨਹੀਂ ਇਹਨਾਂ ਦੇ ਵਿੱਚ ਬਹੁਤ ਵੱਡਾ ਭੇਦ ਛੁਪਿਆ ਹੋਇਆ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਪਏ ਨੇ ਸਾਰੇ ਵਾਕਫ ਹੋ ਆਪ ਇਹਦੇ ਵਿੱਚ ਗੁੱਝੀ ਛੰਨੀ ਗੱਲ ਹੀ ਕੋਈ ਨਹੀਂ ਹਰ ਇੱਕ ਨੂੰ ਪਤਾ ਬੱਚੇ ਬੱਚੇ ਨੂੰ ਪਤਾ ਜੋ ਕੁਝ ਪੰਜਾਬ ਦੀ ਧਰਤੀ ਤੇ ਫੈਲਾਇਆ ਜਾ ਰਿਹਾ ਇਹਦਾ ਇੱਕੋ ਇੱਕ ਕਾਰਨ ਹੈ ਕਾਰਨ ਇਹ ਹੈ ਸਤਿਕਾਰਯੋਗ ਖਾਲਸਾ ਜੀ ਇੱਕ ਬੰਦਾ ਬੇੜੀ ਤੇ ਬਹਿ ਕੇ ਇੱਕ ਦੇਸ਼ ਦੀ ਖੋਜ ਕਰਨ ਵਾਸਤੇ ਗਿਆ ਗਿਆ ਤੇ ਇੰਡੀਆ ਲੱਭਣ ਗਿਆ ਤੇ ਭਾਰਤ ਲੱਭਣ ਲੇਕਿਨ ਇੱਕ ਟਾਪੂ ਤੇ ਗਿਆ ਉਹਨੂੰ ਉੱਥੇ ਕੁਝ ਬੰਦੇ ਮਿਲੇ ਉਹਨਾਂ ਦੀ ਚਮੜੀ ਰੈੱਡ ਸੀ ਲਾਲ ਉਹ ਬੰਦੇ ਨੇ ਜਦੋਂ ਖੋਜ ਕੀਤੀ ਉਹਨਾਂ ਨੂੰ ਉਹਨੇ ਨਾਮ ਦਿੱਤਾ ਰੈੱਡ ਇੰਡੀਅਨ ਇਹ ਜਿਹੜਾ ਲੱਭਣ ਵਾਸਤੇ ਗਿਆ ਦੇਸ਼ ਇਹਦਾ ਨਾਂ ਹੈ ਕੋਲੰਬਸ ਅਮੈਰੀਕਾ ਦੀ ਖੋਜ ਇਸ ਬੰਦੇ ਨੇ ਕੀਤੀ ਹੈ ਕੋਲੰਬਸ ਨੇ ਹੁਣ ਜਦੋਂ ਕੋਲੰਬਸ ਨੇ ਖੋਜ ਕੀਤੀ ਅਮੈਰੀਕਾ ਬਣ ਗਿਆ ਇਹ ਰੈੱਡ ਇੰਡੀਅਨ ਲੋਕ ਜਿਹੜੇ ਸਨ ਇਹ ਇਸ ਦੇਸ਼ ਦੇ ਜੰਮਪਲ ਸਨ ਇਹਦੇ ਤੋਂ ਜਾਣ ਤੋਂ ਪਹਿਲਾਂ ਉਸ ਟਾਪੂ ਤੇ ਇਹ ਰਹਿੰਦੇ ਸੀ ਫਿਰ ਜਦੋਂ ਸਮਾਂ ਤਬਦੀਲ ਹੁੰਦਾ ਗਿਆ ਤੇ ਕੋਈ ਇਟਲੀ ਤੋਂ ਗਿਆ ਕੋਈ ਇੰਗਲੈਂਡ ਤੋਂ ਗਿਆ ਕੋਈ ਇੰਡੀਆ ਤੋਂ ਗਿਆ ਕੋਈ ਆਸਟ੍ਰੇਲੀਆ ਤੋਂ ਗਿਆ ਕੋਈ ਕਿਤੋਂ ਗਿਆ ਕੋਈ ਕਿਤੋਂ ਗਿਆ ਜਿਹੜੇ ਮੂਲ ਵਾਸੀ ਸਨ
ਜਿਹੜੇ ਇਧਰੋਂ ਉਧਰੋਂ ਲੋਕ ਗਏ ਉਹਨਾਂ ਨੇ ਆਖਿਆ ਵੀ ਜਿਹੜੇ ਮੂਲ ਵਾਸੀ ਉਹਨਾਂ ਦਾ ਬੇੜਾ ਗਰਕ ਕਿਵੇਂ ਕੇਅਰ ਕਰਨਾ ਹੈ, ਕਿਹੜੇ ਤਰੀਕੇ ਨਾਲ ਇਹਨਾਂ ਦੀ ਨਸਲ ਕੁਛੀ ਹੋਵੇ, ਕਿਹੜੇ ਤਰੀਕੇ ਨਾਲ ਮਾਰਿਆ ਜਾਵੇ। ਇਤਿਹਾਸ ਰੋਜ਼ ਆਪਣਾ ਆਪ ਦੁਹਰਾਉਂਦਾ, ਰੋਜ਼ 100 ਸਾਲ ਬਾਅਦ ਨਹੀਂ ਰੋਜ਼। ਇਹਨਾਂ ਨੇ ਫਿਰ ਇੱਕ ਮਤਾ ਪਾਸ ਕੀਤਾ ਵੀ ਇਹਨਾਂ ਨੂੰ ਵਿਹਲੜ ਬਣਾ ਦਿਓ। ਵਿਹਲੜ ਹੁਣ ਵਿਹਲੜ ਕਿਵੇਂ ਬਣਾਇਆ ਗਿਆ? ਮੁਖਤ ਦੀ ਇਹਨਾਂ ਨੂੰ ਦਿੱਤੀ ਗਈ ਸ਼ਰਾਬ। ਇਹ ਮੀਟ ਜਿੰਨਾ ਮਰਜ਼ੀ ਤਿੰਨ ਵਾਰੀ ਭਾਵੇਂ ਕਰਕੇ ਘਰ ਦੇ ਵਿੱਚ ਧਰ ਕੇ ਖਾ ਲੈਣ, ਮਾਸ ਫਰੀ ਦਿਓ, ਸ਼ਰਾਬ ਫਰੀ ਦੀ ਦੇ ਦਿਓ। ਇਹ ਦੋ ਦੋ ਵਿਆਹ ਕਰਾਉਣ, ਤਿੰਨ ਤਿੰਨ ਕਰਾਉਣ, ਕੋਈ ਪਾਬੰਦੀ ਨਹੀਂ। ਅੱਜ ਵਿਆਹ ਕਰਾਇਆ, ਕੱਲ ਨੂੰ ਤਲਾਕ ਦੇ ਦੇਣ, ਕੋਈ ਪਾਬੰਦੀ ਨਹੀਂ। ਉਹ ਲੋਕ ਹੋ ਗਏ ਅਯਾਸ਼, ਮੁਖਤ ਦੀ ਸ਼ਰਾਬ ਉੱਥੇ ਤੇ ਉਹਨਾਂ ਨੇ ਪੱਕੀ ਕਰਤੀ ਨਾ ਸਰਕਾਰੀ ਤੌਰ ਤੇ, ਭਾਵੇਂ ਦੋ ਬੋਤਲਾਂ ਇੱਕ ਦਿਨ ਦੀਆਂ ਡੱਫ ਲੈਣ ਤੇ ਭਾਵੇਂ ਚਾਰ ਡੱਫ ਲੈਣ, ਖੁੱਲੀ ਕਰ ਦਿਓ, ਜਿੰਨੀ ਜ਼ਿਆਦਾ ਪੀਣਗੇ ਉਹਨਾਂ ਛੇਤੀ ਮਰਨਗੇ। ਇਹ ਹੁੰਦੀ ਨਾ ਆਦਤ ਜਦੋਂ ਆਪਾਂ ਪੈਲਸਾਂ 'ਚ ਜਾਂਦੇ, ਕਈ ਕਹਿੰਦੇ ਹੁਣ ਕੀ ਕਹਿੰਦੇ ਬ੍ਰਾਂਡ ਬੜਾ ਵਧੀਆ ਲਿਆ, ਕੁੜੀ ਵਾਲਿਆਂ ਨੇ ਬ੍ਰਾਂਡ ਬੜਾ ਵਧੀਆ ਪਾਇਆ, ਫਿਰ ਐਂ ਅੰਨੇ ਹੁੰਦੇ ਸ਼ਾਮਾਂ ਨੂੰ 4 ਵਜੇ ਤੱਕ। ਇਹਨਾਂ ਨੂੰ ਪਤਾ ਵੀ ਐਡੀ ਮਹਿੰਗੀ ਮੁੜ ਕੇ ਘਰੋਂ ਜਾ ਕੇ ਪੀਤੀ ਨਹੀਂ ਜਾਣੀ, ਲੈ ਕੇ 1500-2000 ਦੀ ਬੋਤਲ ਇਹ ਕਿੱਥੇ ਪੀਣੀ ਹੈ। ਅੱਜ ਕਰਾਂ ਕੁੱਖਾਂ ਕੱਢੋ ਹੱਖਾਂ ਤੋਂ, ਹੋ ਅੰਨੇ। ਮੁੜ ਕੇ ਪੋਤਰਾ ਵਿਚਾਰਾ ਬਾਂਹ ਫੜ ਕੇ ਦਾਦੇ ਨੂੰ ਲਈ ਆਉਂਦਾ। ਇਹਨਾਂ ਨੇ ਕੀਤਾ ਇਸੇ ਤਰ੍ਹਾਂ। ਇਹ ਲੋਕ ਸ਼ਰਾਬ ਪੀ ਪੀ ਕੇ ਮਰ ਗਏ। ਅੱਜ ਪਤਾ ਕਿੰਨੇ ਪਰਸੈਂਟ ਰਹਿ ਗਏ ਨੇ? 5%, 95% ਮਰ ਚੁੱਕੇ ਨੇ, 5% ਰਹਿ ਗਏ ਨੇ। ਆਸਟ੍ਰੇਲੀਆ ਦੇ ਲੋਕ ਜਿਹੜੇ ਸਨ, ਮੂਲ ਜਿਹੜੇ ਉੱਥੋਂ ਦੇ ਮੂਲ ਵਸਨੀਕ ਸਨ, ਉਹ ਸੀ ਆਦੀਵਾਸੀ। ਗੂਗਲ ਤੇ ਜਾਇਓ, ਸਾਰਾ ਕੁਝ ਸਰਚ ਆਪ ਕਰਿਓ। ਆਸਟ੍ਰੇਲੀਆ ਵੀ ਇਹੋ ਕੁਝ ਇਹਨਾਂ ਲੋਕਾਂ ਦੇ ਨਾਲ ਕੀਤਾ ਗਿਆ, ਆਦੀਵਾਸੀਆਂ ਦੇ ਨਾਲ। ਅੱਜ ਪਤਾ ਆਸਟ੍ਰੇਲੀਆ ਕਿੰਨੇ ਰਹਿ ਗਏ ਨੇ? 7%, ਜਿਨ੍ਹਾਂ ਦਾ ਦੇਸ਼ ਸੀ ਉਹ 7% ਰਹਿ ਗਏ ਨੇ। 93% ਉੱਥੇ ਦੂਜੇ ਬੈਠੇ ਨੇ, ਜਿਨ੍ਹਾਂ ਦਾ ਅਮਰੀਕਾ ਦੇਸ਼ ਸੀ ਉਹ 5% ਰਹਿ ਗਏ, 95% ਦੂਜੇ ਬੈਠੇ। ਹੁਣ ਆ ਜਾਓ ਇੱਥੇ ਆਪਣੇ, ਇੱਥੇ ਕਿਤੇ 2.5 ਮਹੀਨੇ ਕਣਕ ਨਾ ਆਵੇ ਤੇ ਡੀਪੂ ਹੋਲਡਰ ਦੇ ਬੂਹੇ ਗਾੜੀ ਬਹਿਣ ਨੂੰ ਤਿਆਰ ਹੁੰਦੇ, ਮੰਜੀਆਂ ਡਾਹ ਕੇ ਲਾਗਲੇ ਪਿੰਡ ਵੰਡੀ ਗਈ, ਸਾਡੇ ਪਿੰਡ ਆਈ ਨੇ, ਉਹਨਾਂ ਨੇ ਲਿਆਣ ਕੇ ਵੰਡ ਲਈ। ਇਹਨੂੰ ਪਤਾ ਨਹੀਂ ਕੀ ਮੁਆਤਾ ਲੱਗਾ, ਉਹ ਕਹਿੰਦਾ ਪਿੱਛੋਂ ਬੰਦ ਹੋ ਗਈ, ਆਉਂਦੀ ਨਹੀਂ, ਸਾਨੂੰ ਨਹੀਂ ਪਤਾ, ਸਾਨੂੰ ਚਾਹੀਦੀ। ਇਹ ਕਹਿੰਦੇ ਹੁੰਦੇ ਵੀ ਇਹਨਾਂ ਬਾਰੇ ਮੈਨੂੰ ਕੋਈ ਕਵੇ, ਕਈ ਵਾਰੀ ਪੁੱਛਦੇ ਵੀ ਇਹਨਾਂ ਬਾਰੇ ਕੀ ਖਿਆਲ। ਮੈਂ ਕਿਹਾ ਵੀ ਮੰਮੀ ਇਹ ਨਾ ਕਿਉਂਕਿ ਮੈਂ ਨਹੀਂ ਕਣਕ ਲੈਂਦਾ, ਮੈਂ ਛੱਡਦਾ ਨਹੀਂ ਜੀ ਆਪਣੀ ਕਣਕ, ਮੈਂ ਵੀ ਲੈਂਦਾ, ਪਰ ਆਦਤ ਹੈ ਵੀ ਉਹ ਕਿਸੇ ਗਰੀਬ ਗੁਰਬੇ ਨੂੰ ਦੇ ਦਿਓ ਵੰਡ ਕੇ, 10-10, 20-20 ਕਿਲੋ ਕਿਸੇ ਨੂੰ ਦੇ ਦਿਓ ਜਿਹਦੇ ਘਰ ਦੇ ਵਿੱਚ ਕਣਕ ਨਹੀਂ। ਜੇ ਸਾਡੇ ਘਰ ਡਰੰਮ ਭਰੇ ਨਾ, ਅਸੀਂ 2 ਰੁਪਈਏ ਕਿਲੋ ਵਾਲੀ ਲੈ ਕੇ ਕਿਤੇ ਸ਼ਾਹ ਬਣ ਜਾਣਾ। ਇਹ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ ਛੱਡੋ, ਛੱਡੋ ਨਾ, ਤੁਸੀਂ ਛੱਡੋਗੇ ਉਹ ਅਗਲੇ ਖਾ ਲੈਣਗੇ, ਉਹ ਪਿੱਛੋਂ ਤੱਕ ਖਾ ਲੈਂਦੇ ਜਿੱਥੋਂ ਲੱਦੀ ਜਾਂਦੀ। ਮਤਾ ਕੋਈ ਵੀਰ ਮੇਰਾ ਗੁੱਸਾ ਕਰੇ, ਸਾਰੇ ਮਾੜੇ ਨਹੀਂ, ਬੜੇ ਬੜੇ ਵਧਗਾ ਡੀਪੂ ਹੋਲਡਰ ਵੀ ਨੇ ਜਿਹੜੇ ਅਨਾਊਂਸਮੈਂਟ ਕਰਦੇ ਨੇ, ਭਾਈ ਇੰਨੇ ਕੁਇੰਟਲ ਆਈ ਜੇ, ਆਣ ਕੇ ਕੋਲ ਖਲੋ ਕੇ ਆਪਣੀ ਕਣਕ ਚੁੱਕ ਕੇ ਲੈ ਜਾਓ, ਮੈਂ ਨਹੀਂ ਜੇ ਪਾਪ ਦਾ ਦਾਣਾ ਖਾਣ। ਹੁਣ ਇਹਨਾਂ ਨੇ ਆਖਿਆ ਵੀ ਜਿਵੇਂ ਅਮਰੀਕਾ ਤੇ ਆਸਟ੍ਰੇਲੀਆ ਬਰਬਾਦ ਕੀਤਾ, ਤੁਹਾਨੂੰ ਕਿਵੇਂ ਕਰੀਏ? ਇਹਨਾਂ ਦਿੱਤੀ 2 ਰੁਪਈਏ ਕਿਲੋ ਵਾਲੀ ਕਣਕ। ਉਹ ਕਈ ਵਾਰੀ ਜਾਈਏ ਟੋਲ ਪਲਾਜੇ ਤੇ ਉਹ ਖੜਕਾਉਂਦੇ ਨੇ, ਐ ਟਾਕੀ ਖੜਕਾਉਂਦੇ ਨੇ, 10 ਰੁਪਈਏ ਦੇ ਦਿਓ ਸਾਨੂੰ, ਉਹ ਵੀ ਮੰਗਦੇ ਨੇ, ਕਿਤੇ ਬਹਿ ਕੇ ਮੰਗੀ ਜਾਂਦੇ, ਉਹ ਵੀ ਮੰਗਦੇ। ਹੁਣ ਸਾਨੂੰ ਇਹਨਾਂ ਨੇ ਬ੍ਰਾਂਡ ਮੰਗਦਿਆਂ ਵਾਲਾ ਬ੍ਰਾਂਡ ਇੱਕ ਬੜਾ ਵਧੀਆ ਦਿੱਤਾ, ਉਹ ਰੋਜ਼ ਮੰਗਦੇ ਨੇ, ਮੈਨੂੰ ਮਾਫ ਕਰਨਾ, ਅਸੀਂ 3 ਮਹੀਨਿਆਂ ਬਾਅਦ ਲਾਈਨ 'ਚ ਲੱਗ ਜਾਂਦੇ ਕਮੇ, ਉਹਨਾਂ ਵਿੱਚ ਤੇ ਸਾਡੇ ਵਿੱਚ ਬਰਾਬਰ ਤਾਂ ਹੀ ਹੈ, ਕੋਈ ਬਹੁਤੀ ਵੱਡੀ ਕੋਈ ਹੈ ਤੇ ਨਹੀਂ ਵੀ ਉਹ ਸਾਡੇ ਨਾਲੋਂ ਜ਼ਿਆਦਾ ਮੰਗਤੇ ਜਾਂ ਅਸੀਂ ਘੱਟ ਮੰਗਦੇ। ਆ ਬਜ਼ੁਰਗ ਬੈਠੇ ਨੇ, ਪੁੱਛੋ ਇਹਨਾਂ ਨੂੰ, ਇਹਨਾਂ ਨੂੰ ਪੁੱਛੋ, ਇਹ ਪੂਰੀ ਮਾਨਵਤਾ ਦਾ ਢਿੱਡ ਭਰਨ ਵਾਲੇ ਨੇ, ਪੂਰੀ ਮਾਨਵਤਾ ਦਾ। ਬੌਲਦ ਜਾਂਦੇ ਸੀ, 5-5, 10-10 ਕਿੱਲੇ ਵਾਹੁੰਦੇ ਸੀ, ਇਹਨਾਂ ਦੇ ਘਰੋਂ ਹਰ ਚੀਜ਼ ਦਾ ਬੀਜ ਮਿਲਦਾ ਸੀਗਾ, ਜਿਹੜੀ ਚੀਜ਼ ਦਾ ਮਰਜ਼ੀ ਬੀਜ ਲੈ ਜਾਓ, ਹਰ ਇੱਕ ਬੀਜ ਸੀ। ਇਹਨਾਂ ਨੂੰ ਪੁੱਛੋ ਵੀ ਬਜ਼ੁਰਗੋ, ਤੁਹਾਨੂੰ ਕਦੀ ਕਿਸੇ ਨੇ 2 ਰੁਪਈਏ ਕਿਲੋ ਕਣਕ ਵਾਲੀ ਦਿੱਤੀ ਕਿਤੇ? 2 ਰੁਪਈਏ ਕਿਲੋ ਕਣਕ, ਇਹ ਕਹਿੰਦੇ ਅਸੀਂ ਛਿੱਤਰ ਦੇ ਥੱਲੇ ਵੀ ਨਹੀਂ ਕਣਕ ਰੱਖਦੇ, ਇਹ ਕਹਿੰਦੇ ਅਸੀਂ ਅੰਨਦਾਤੇ। ਜਦੋਂ ਨਾਰਾ ਬਣਿਆ ਜੈ ਜਵਾਨ ਤੇ ਜੈ ਕਿਸਾਨ, ਜੇ ਜਵਾਨ ਤੇ ਕਿਸਾਨ ਦੁਨੀਆਂ ਤੋਂ ਤੁਰ ਜਾਵੇ ਤੇ ਦੁਨੀਆਂ ਤੇ ਰਹਿੰਦਾ ਹੀ ਕੁੱਖ ਨਹੀਂ, ਜੇ ਜਵਾਨ ਤੇ ਕਿਸਾਨ ਦੁਨੀਆਂ ਤੋਂ ਖਤਮ ਹੋ ਜਾਣ ਤੇ ਦੁਨੀਆਂ ਫਨਾ ਹੋ ਜਾਵੇਗੀ। ਜੇ ਦੁਨੀਆਂ ਫਨਾ ਕਰਨਗੇ, 2 ਚੀਜ਼ਾਂ ਬਰਬਾਦ ਕਰ ਦਿਓ, ਆਪਣੇ ਆਪ ਹੀ ਦੁਨੀਆਂ ਮਰ ਜਾਵੇ। ਇਹ ਬਜ਼ੁਰਗ ਕਿਸਾਨ ਬੈਠੇ ਜਿਨ੍ਹਾਂ ਨੇ ਕਦੇ ਫਰੀ ਦਾ ਨਹੀਂ ਸਿੱਖਾ। ਹੁਣ ਅਸੀਂ ਐਤਕੀ ਵੇਖਿਆ, ਬੱਲੇ 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 600 ਜੂਨ ਤਕੜਿਆ, ਮਾਫ ਕਰਦਾ, ਤਕੜੇ ਹੋ ਜਾਓ, ਹਾਨੇ ਹੋ ਹੋ ਪਾਓ ਵੋਟਾਂ, ਤੇ ਹੁਣ ਆ 5-7 ਦਿਨਾਂ ਤੋਂ ਬੜੇ ਪਿੱਟ ਰਹੇ, ਬਾਅਦ 'ਚ ਪਿੱਟਣ ਦਾ ਕੀ ਫਾਇਦਾ? ਇਹ ਮੈਂ ਬੇਨਤੀ ਕਰਦਾ, ਰੰਗ ਹੀ ਬਦਲਦੇ ਨੇ ਬਾਕੀ ਸਾਰਾ ਕੁਝ। ਉਹ ਨਾ 84 ਵਕਤ ਨਾ ਇੱਕ ਅਕਾਲ ਤਖ਼ਤ ਸਾਹਿਬ ਹੁੰਦਾ ਸੀ, ਉਹਨੂੰ ਕਹਿੰਦੇ ਹੁੰਦੇ ਸੀ ਕਮਲਾ। ਮੈਂ ਕਹਿੰਦਾ ਉਹ ਕਮਲਾ ਨਹੀਂ, ਉਹਦੀਆਂ ਵੀਡੀਓ ਤੁਸੀਂ ਸੁਣੀਆਂ ਹੋਣਗੀਆਂ, ਉਹ ਬੜਾ ਸਿਆਣਾ ਸੀ। ਉਹ ਉੱਥੇ ਤੁਰਿਆ ਫਿਰਦਾ ਹੁੰਦਾ ਸੀ ਤੇ ਡਾਂਗ ਦੇ ਨਾਲ ਉਹਨੇ ਬੜੇ ਕੱਪੜੇ ਬੱਧੇ ਹੁੰਦੇ ਸੀਗੇ,
ਤੇ ਅਕਾਲ ਤਖਤ ਸਾਹਿਬ ਖਲੋ ਕੇ ਉਹਨਾਂ ਬਹੁਤ ਕੁਝ ਕਹਿੰਦਾ ਹੁੰਦਾ ਸੀ। ਉਹ ਜਦੋਂ ਕਿਤੇ ਸਰਕਾਰ ਬਦਲੀ ਉਹਨੇ ਆਖਿਆ ਮੂਰਖੋ ਖੋਤੀ ਬਦਲੀ ਹੈ ਪਲਾਣਾ ਉਹੋ ਹੀ ਹੈ। ਉਹ ਕਹਿੰਦਾ ਹੁੰਦਾ ਸੀ, ਉਹ ਕਹਿੰਦਾ ਸੀ ਵੀ ਗਧੇ ਬਦਲੇ ਨੇ ਪਲਾਣਾ ਉਹੋ। ਮਾਈਂਡ ਨਾ ਕਰਿਓ ਜੇ ਮੈਂ ਅੱਜ ਸਮੇਂ ਤੇ ਨਾ ਬੋਲਾਂ ਤੇ ਸਤਿਕਾਰਯੋਗ ਖਾਲਸਾ ਜੀ ਆਉਣ ਵਾਲੇ ਸਮੇਂ ਵਿੱਚ ਜਦੋਂ ਮੈਂ ਸੱਚ ਬੋਲੂੰਗਾ ਨਾ ਇਹੋ ਪਰਨਾ ਮੇਰੇ ਗਲ 'ਚ ਪਾ ਕੇ ਤੁਸੀਂ ਖਿੱਚੋਗੇ ਵੀ ਜਦੋਂ ਬੋਲਣਾ ਸੀ ਉਦੋਂ ਬੋਲਿਆ ਨਹੀਂ, ਹੁਣ ਸਾਰਾ ਕੁਝ ਸ਼ਾਂਤ ਹੋ ਗਿਆ ਤੇ ਤੂੰ ਗਿਰਗਟ ਵਾਂਗੂ ਨਿਕਲ ਆਇਆ ਜਿਵੇਂ ਸਾਵਣ ਵਿੱਚ ਡੱਡੂ ਨਿਕਲਦੇ ਨੇ, ਹੁਣ ਤੂੰ ਬੋਲਦਾ। ਮੈਂ ਤੇ ਬੇਨਤੀ ਕਰਦਾ ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰੇ, ਇਹ ਦੇਸ਼ ਵਿੱਚ ਵਨ ਸੁਵੰਨੇ ਫੁੱਲ ਨੇ। ਮੈਂ ਹਕੂਮਤ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਵੀ ਇਹਨਾਂ ਫੁੱਲਾਂ ਨੂੰ ਖਿੜਨ ਦਿਓ, ਇਹਨਾਂ ਦੀ ਮਹਿਕ ਪੂਰੀ ਮਾਨਵਤਾ ਨੂੰ ਮਾਨਣ ਦਿਓ। ਆਉਣ ਵਾਲੇ ਸਮੇਂ ਵਿੱਚ ਕਿਸੇ ਨੇ ਡਰਦੇ ਅੰਮ੍ਰਿਤ ਸੰਚਾਰ ਹੀ ਨਹੀਂ ਕਰਿਆ ਕਰਨਾ ਭਾਊ, ਪੰਜਾਂ ਪਿਆਰਿਆਂ 'ਤੇ ਤਾਂ ਪਰਚੇ ਹੁੰਦੇ ਨੇ ਅਤੇ ਅੰਮ੍ਰਿਤ ਸੰਚਾਰ ਕਾਹਦਾ ਕਰੀ। ਅੰਮ੍ਰਿਤ ਸੰਚਾਰ ਕਰਨਾ ਕੋਈ ਪਾਪ ਨਹੀਂ। ਮੈਂ ਕਹਿੰਦਾ ਹਿੰਦੂ ਵੀਰ ਸਟੇਜ 'ਤੇ ਪ੍ਰਚਾਰ ਕਰੇ ਜਨੇਊ ਦਾ, ਉਹ ਧਰਮ ਵਿੱਚ ਰਹਿ ਕੇ ਆਪਣੇ ਧਰਮ ਦੇ ਪ੍ਰਥਾਏ ਪ੍ਰਚਾਰ ਕਰੇ। ਮੈਂ ਸਟੇਜ 'ਤੇ ਜਿੰਨਾ ਜੋਗਾ ਹੋਵੇਗਾ ਉਹਨੂੰ ਸਨਮਾਨਿਤ ਕਰਾਂਗਾ ਵੀ ਭਾਈ ਉਹ ਆਪਣੇ ਪਰਿਵਾਰ ਆਪਣੇ ਧਰਮ ਦੀ ਬੜੌਤਰੀ ਵਾਸਤੇ ਆਪਣੇ ਧਰਮ ਨੂੰ ਸਾਂਭਣ ਵਾਸਤੇ ਪ੍ਰਚਾਰ ਕਰ ਰਿਹਾ, ਮੈਂ ਉਹਦੇ ਪੈਰੀਂ ਹੱਥ ਲਾਵਾਂਗਾ ਵੀ ਉਹ ਆਪਣੇ ਧਰਮ ਬਾਰੇ ਪ੍ਰਚਾਰ। ਮੁਸਲਮਾਨ ਪ੍ਰਚਾਰ ਕਰੇ ਸਟੇਜ 'ਤੇ ਬਹਿ ਕੇ ਆਪਣੇ ਧਰਮ ਦਾ, ਮੈਂ ਉਹਦੇ ਵੀ ਪੈਰੀਂ ਹੱਥ ਲਾਵਾਂਗਾ। ਪਰ ਜੇ ਸਿੱਖ ਆਪਣੇ ਧਰਮ ਦਾ ਪ੍ਰਚਾਰ ਕਰਦਾ ਤਾਂ ਉਹਨੂੰ ਕਿਉਂ ਫਾਇਲ ਆਇਆ ਜਾਂਦਾ, ਉਹਨਾਂ 'ਤੇ ਕਿਉਂ ਝੂਠੇ ਮੁਕੱਦਮੇ ਕੱਟ ਜਾਂਦੇ। ਆ ਸਾਡੇ ਹੁਣ ਇੱਕ ਦੋ ਢਾਡੀ ਵੀਰ ਨੇ ਉਹਨਾਂ ਦੇ ਵੀ ਵੈਰ ਪਏ ਨੇ ਵੀ ਪਰਚਾ ਕੱਢ ਦੇਣਾ। ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ, ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਇਹ ਸਮਾਂ ਕਿਹੋ ਜਿਹਾ ਭਿਆਨਕ ਹੋਵੇ, ਮੈਂ ਤੁਹਾਨੂੰ ਕੋਈ ਭੜਕਾਉਂਦਾ ਨਹੀਂ। ਮੈਨੂੰ ਵੀ ਇੰਨਾ ਕੁ ਸਰੀਰ ਮਹਾਰਾਜ ਨੇ ਸ਼ਾਇਦ 5 ਫੁੱਟ 8 ਇੰਚ ਹੋਵੇਗਾ, ਤੁਹਾਡੇ ਵਿੱਚੋਂ ਵੀ ਏਡੇ ਏਡੇ ਕੋਈ ਲੰਬ ਕੋ 2 ਇੰਚ ਵੱਧ ਹੋਵੇਗਾ, ਕੋਈ ਘੱਟ ਹੋਵੇਗਾ। ਲੇਕਿਨ ਆਹ ਜਿਹੜਾ ਚੋਟੀ 'ਤੇ ਦਿਮਾਗ ਦਿੱਤਾ ਨਾ ਮਹਾਰਾਜ ਨੇ, ਇਹ ਮੈਨੂੰ ਵੱਖ ਸੋਚਣ ਵਾਸਤੇ ਦਿੱਤਾ, ਤੁਹਾਨੂੰ ਵੱਖ ਸੋਚਣ ਵਾਸਤੇ ਦਿੱਤਾ ਹੈ। ਇਹਦੇ ਤੋਂ ਕੰਮ ਲਿਓ ਵੀ ਸਾਨੂੰ ਕਰਨਾ ਕੀ ਚਾਹੀਦਾ। ਮਹਾਰਾਜ ਕਿਰਪਾ ਕਰੇ, ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਲਾਲਾ ਲਾਲਾ ਕਰਕੇ ਕਿਸੇ ਪਾਸੇ ਨਿਕਲ ਜਾਈਏ, ਸੋਚਣ ਦਾ ਯਤਨ ਕਰਿਓ। ਜਦੋਂ ਯੁੱਗ ਕਲਮ ਦਾ ਹੋਵੇ ਉਦੋਂ ਗੋਲੀਆਂ ਨਹੀਂ ਚਲਾਈਆਂ ਜਾਂਦੀਆਂ, ਜਦੋਂ ਕਲਮ ਦਾ ਯੁੱਗ ਹੋਵੇ ਉਦੋਂ ਗੋਲੀ ਦਾ ਯੁੱਗ ਨਹੀਂ ਹੁੰਦਾ। ਜਦੋਂ ਗੋਲੀ ਦਾ ਯੁੱਗ ਹੋਵੇਗਾ ਵੇਖੀ ਜਾਵੇਗਾ, ਅੱਜ ਕਲਮ ਦਾ ਯੁੱਗ ਹੈ। ਅੱਜ ਤੁਹਾਡਾ ਕੇਵਲ ਇੱਕ ਪੋਟਾ ਕੰਮ ਕਰਦਾ ਤੁਹਾਡਾ ਸਾਰਾ ਕੁਝ ਹੀ ਬਣਾ ਕੇ ਰੱਖ ਦੇਵੇਗਾ, ਪਹਿਲੋਂ ਸੋਚ ਸਮਝ ਲਿਆ ਕਰੀਏ। ਮੇਰਾ ਸਤਿਗੁਰੂ ਮਹਾਰਾਜ ਕਿਰਪਾ ਕਰੇ, ਸੋਚਣ ਤੋਂ ਬਗੈਰ ਜੇ ਚੱਲਾਂਗੇ, ਸਮਝਣ ਤੋਂ ਬਗੈਰ ਜੇ ਚੱਲਾਂਗੇ। ਇੱਕੋ ਬੇਨਤੀ ਕਰਕੇ ਮੈਂ ਹੁਣ ਆਪਣਾ ਮਜ਼ਮੂਨ ਆਰੰਭ ਕਰ ਦਿੰਦਾ। ਮਹਾਰਾਜ ਨੇ ਨਾ ਤੁਹਾਡੇ ਵਾਂਗਰ ਗੁਰੂ ਕਾ ਪਿਆਰੇ ਸਿੱਖ ਇਕੱਠੇ ਕਰ ਲਿਆ ਇੱਕ ਦਿਨ। ਮਹਾਰਾਜ ਕਹਿੰਦੇ ਵੀ ਇਹ ਵਿਸ਼ੇਸ਼ ਮੀਟਿੰਗ ਹੈ ਅਤੇ ਜਿਹੜੀਆਂ ਮੈਂ 2 ਗੱਲਾਂ ਕਰਨੀਆਂ, ਨਾ ਧਿਆਨ ਨਾਲ ਸੁਣਿਓ, ਸਿੱਖਾਂ ਨੇ ਕੰਨ ਖੜੇ ਕਰਕੇ ਬਚਨ ਸੁਣਿਆ ਮਹਾਰਾਜ ਦਾ ਵੀ ਪਤਾ ਨਹੀਂ ਮਹਾਰਾਜ ਸਿੱਖੋ। ਵਿਦਵਾਨ ਕਹਿੰਦੇ ਨੇ ਵੀ 2 ਪ੍ਰਕਾਰ ਦੀ ਬਿਰਤੀ ਹੁੰਦੀ ਹੈ, 2 ਪ੍ਰਕਾਰ ਦੀ ਬਿਰਤੀ। ਉਹ ਪਤਾ ਕਿਹੜੀ? ਇੱਕ ਹੁੰਦੀ ਹੈ ਕੁੱਤਾ ਬਿਰਤੀ, ਇੱਕ ਹੁੰਦੀ ਹੈ ਛੇਰ ਬਿਰਤੀ। ਕੁੱਤੇ ਦੀ ਬਿਰਤੀ ਪਤਾ ਕੀ ਹੈ? ਪ੍ਰੈਕਟੀਕਲ ਕਰਿਓ, ਕਿਤੇ ਲੰਘਦੇ ਕੁੱਤੇ ਨੂੰ ਮਾਰਿਓ ਸੋਟੀ, ਕੁੱਤਾ ਤੁਹਾਨੂੰ ਨਹੀਂ ਪਵੇਗਾ ਸੋਟੀ ਨੂੰ ਪਵੇਗਾ, ਇਹ ਹੈ ਕੁੱਤਾ ਬਿਰਤੀ। ਮੇਰੇ ਸਤਿਗੁਰੂ ਨੇ ਆਖਿਆ ਤੁਸੀਂ ਕੁੱਤਾ ਬਿਰਤੀ ਨਾ ਬਣਾਇਓ, ਸ਼ੇਰ ਬਿਰਤੀ ਬਣਾਇਓ। ਸ਼ੇਰ ਨੂੰ ਡੰਡਾ ਮਾਰੋਗੇ, ਸ਼ੇਰ ਡੰਡੇ ਨੂੰ ਨਹੀਂ ਪਵੇਗਾ, ਸ਼ੇਰ ਜਦੋਂ ਪਵੇਗਾ ਡਾਂਗ ਮਾਰਨ ਵਾਲੇ ਨੂੰ ਪਵੇਗਾ। ਅੱਜ ਡਾਂਗ ਨਾ ਪਹਿਚਾਣੋ, ਡਾਂਗ ਮਾਰਨ ਵਾਲਾ ਪਹਿਚਾਣੋ ਵੀ ਡਾਂਗ ਮਾਰ ਕਰ। ਉਹ ਜਿਹੜੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਵਿਧਾਨ ਸਭਾ ਵਿੱਚ ਖਲੋ ਕੇ, ਜਿਹੜੇ ਦੂਜਿਆਂ 'ਤੇ ਟਿੱਪਣੀਆਂ ਕਰਦੇ ਸੀ, ਜੀ ਇਹਨੂੰ ਪੁੱਛੋਗੇ ਇਹ ਤੇ ਪੰਜਾਬੀ ਪਿੱਛੇ ਇੱਕ ਅੱਖਰ ਇੱਕ ਲਫ਼ਜ਼ ਮੁੜ ਕੇ ਅੰਗਰੇਜ਼ੀ ਦਾ ਬੋਲਦਾ। ਅੱਜ ਉਹ ਹੀ ਮੇਰਾ ਵੀਰ ਬੈਠਾ ਵੀਰ ਭਗਵੰਤ ਮਾਨ ਸਿੰਘ, ਉਹ ਹਿੰਦੀ 'ਚ ਗੱਲਾਂ ਕਰਦਾ। ਵੀਰ ਆ ਤੂੰ ਪੰਜਾਬੀ ਹੈ, ਤੇਰੇ 'ਤੇ ਪੱਗ ਪੰਜਾਬੀਆਂ ਦੀ ਰੱਖੀ, ਹਾਂ ਤੇਰੇ ਸਾਹਮਣੇ ਕੋਈ ਹਿੰਦੀ ਵਾਲਾ ਬੈਠਾ ਹੋਵੇ ਤੂੰ ਹਿੰਦੀ ਵਿੱਚ ਗੱਲਾਂ ਕਰ। ਮੈਂ ਤਾਂ ਕਹਿੰਦਾ ਤੂੰ ਦੁਨੀਆਂ ਦੀ ਹਰ ਭਾਸ਼ਾ ਸਿੱਖ, ਪੰਜਾਬ ਦਾ ਮੁੱਖ ਮੰਤਰੀ ਹੈ, ਲੋਕਾਂ ਨੂੰ ਪਤਾ ਲੱਗੇ ਪੰਜਾਬ ਦਾ ਮੁੱਖ ਮੰਤਰੀ ਬੜਾ ਪੜ੍ਹਿਆ ਲਿਖਿਆ, ਤੂੰ ਹਰ ਭਾਸ਼ਾ ਸਿੱਖ, ਤੇਰੇ 'ਤੇ ਕੋਈ ਇਤਰਾਜ਼ ਨਹੀਂ, ਤੂੰ ਸੰਸਕ੍ਰਿਤ ਬ੍ਰਿਜ ਇੰਗਲਿਸ਼ ਫਾਰਸੀ ਅਰਬੀ ਹਰ ਭਾਸ਼ਾ ਸਿੱਖ, ਪਰ ਜਦੋਂ ਪੰਜਾਬ ਨੂੰ ਸੰਬੋਧਨ ਉਨਾ ਵੀ ਰਿਹਾ ਉਦੋਂ ਪੰਜਾਬੀ ਬੋਲਿਆ ਕਰ। ਮੇਰੀ ਤੇਰੇ ਚਰਨਾਂ 'ਚ ਬੇਨਤੀ, ਤੂੰ ਪੰਜਾਬੀ ਮਾਂ ਦਾ ਪੁੱਤ ਹੈ, ਤੂੰ ਪੰਜਾਬੀ ਪੰਜਾਬੀ ਕੂਕਣ ਵਾਲਾ ਹੈ, ਪੰਜਾਬੀ 'ਤੇ ਤੂੰ ਬਹੁਤ ਕੁਝ ਪਹਿਲੋਂ ਜਦੋਂ ਤੂੰ ਕਮੇਡੀ ਕਰਦਾ ਸੀ ਵੀਰਿਆ ਉਦੋਂ ਤੂੰ ਬਹੁਤ ਕੁਝ ਕਹਿੰਦਾ ਰਿਹਾ, ਮੈਂ ਤੇਰਾ ਧੰਨਵਾਦ ਕਰਦਾ। ਪਰ ਮੇਰਾ ਵੀਰ ਪੰਜਾਬੀ ਬਣ ਕੇ ਰਹਿ, ਮਨ ਦੇ ਵਿੱਚੋਂ ਮੈਲ ਕੱਟ। ਇਹ ਉਹ ਲੋਕ ਨੇ ਜਿਹੜੇ ਤਖ਼ਤ 'ਤੇ ਬਿਠਾ ਵੀ ਦਿੰਦੇ ਨੇ, ਤਖ਼ਤਾਂ ਮੂਦਾ ਵੀ ਕਰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ, ਇਹ ਭਗਤ ਪੂਰਨ ਸਿੰਘ ਕਹਿੰਦਾ ਸੀ ਪੰਜਾਬ ਵੱਸਦਾ ਗੁਰਾਂ ਦੇ ਨਾਮ ਉੱਤੇ, ਇਹਨੂੰ ਗੁਰਾਂ ਦੇ ਨਾਂ ਉੱਤੇ ਵਸਣ ਦੇ, ਉਹਨੂੰ ਅੱਗ ਨਾ ਲਗਾਓ, ਕੋਈ ਵੀ ਨਾ ਲਗਾਵੇ ਅੱਗ। ਮੈਂ ਤਾਂ ਇਹ ਬੇਨਤੀ ਕਰਦਾ ਸਤਿਗੁਰੂ ਕਿਰਪਾ ਕਰੇ ਮਹਾਰਾਜ, ਹਰ ਇੱਕ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ, ਕਿਸੇ ਦਾ ਕੁਝ ਨਹੀਂ ਜਾਂਦਾ, ਉਹ ਆਪਣੀ ਗੱਲ ਰੱਖਣ, ਅਸੀਂ ਆਪਣੀ ਗੱਲ ਰੱਖ ਲੈਂਦੇ। ਸਤਿਗੁਰੂ ਕਿਰਪਾ ਕਰੇ ਮਹਾਰਾਜ, ਹਰ ਇੱਕ ਦਾ ਅਧਿਕਾਰ ਹੈ ਆਪਣੀ ਗੱਲ ਰੱਖਣ ਵਾਸਤੇ, ਬੰਦਾ ਗੱਲ ਕਹਿ ਸਕਦਾ।
एक इहोजिहा देश जिहड़े देश विच बंदा अपनी गल भी नहीं कर सकदा, जे गल करे ते परचा कटिया जांदा। सतगुरु सचे पातशाह महाराज ने सारे सुमत बख्शे, नाल सानू सुमत बख्शे। एक बार पूरी मानवता का भला मंगो ते कहो जी नानक नाम चढ़दी कर तेरे पाने सरबत दा भला। तो आओ ज्ञानी जी हुणी बड़े प्रेम दे नाल हाजरी भर के गए ने। 6:30 बजे तक का टाइम मैनू दिता गया है। मन बिरती लैके चलो अमृतसर की मुबारक तर। एक पंजा बंदियां दा काफला चलिया लाहौर तो, ਉਹ ਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਅਜੇ ਬਾਨਾ ਹਰਿਮੰਦਰ ਸਾਹਿਬ ਦੇ ਵਿਹੜੇ ਵਿੱਚ ਤੇ ਵਿਹੜੇ ਵਿੱਚ ਚੌਂਕੜੇ ਮਾਰ ਕੇ ਬੈਠੇ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸਤਿਗੁਰੂ ਨੇ ਆਖਿਆ ਸੁਣਾਓ ਸਾਡੇ ਪਿਤਾ ਜੀ ਦਾ ਕੀ ਹਾਲ ਹੈ। ਭਾਈ ਜੇਠੇ ਦਾ ਗੱਚ ਪਾਰਾ, ਉਹਦੇ ਨੇਤਰਾਂ ਵਿੱਚ ਅੱਥਰੂ ਆਏ। ਮੇਰੇ ਦਾਤੇ ਨੇ ਪੁੱਛਿਆ, ਕਹਿਣ ਲੱਗੇ ਜੇਠਿਆ ਕੀ ਗੱਲ ਹੈ, ਭਾਈ ਰੋਂਦੇ ਕਿਉਂ ਹੋ? ਉਹਨੇ ਆਖਿਆ ਮਹਾਰਾਜ ਦੱਸੀਏ ਕੀ, ਪੰਜਵੇਂ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਲਿਆ ਗਿਆ। ਜਦੋਂ ਚਿਰੜ ਚਿਰੜ ਕਰਕੇ ਲੱਗਾ ਸਤਿਗੁਰਾਂ ਦਾ ਮਾਸ ਸੜਨ, ਉਹਦੇ ਤੋਂ ਬਾਅਦ ਤਵੀ ਤੋਂ ਉਠਾਲ ਕੇ ਮਹਾਰਾਜ ਨੂੰ ਉਬਲਦੀ ਦੇਗ ਵਿੱਚ ਬਿਠਾ ਲਿਆ ਗਿਆ ਮਹਾਰਾਜ। ਉਹਦੇ ਤੋਂ ਬਾਅਦ ਜਦੋਂ ਮੇਰੇ ਸਤਿਗੁਰੂ ਦੇ ਸਰੀਰ ਤੇ ਪਿਲਕਰੇ ਬਣ ਗਏ, ਪਾਣੀ ਦੇ ਪਿਲਕਰੇ ਭਰ ਗਏ, ਉਦੋਂ ਮੇਰੇ ਦਾਤੇ ਨੂੰ ਫੜ ਕੇ ਜਲੇ ਹੋਏ ਤਨ ਨੂੰ ਜਦੋਂ ਠੰਡੇ ਪਾਣੀ ਵਿੱਚ ਪਾਇਆ ਜਾਵੇ, ਜਲਣ ਵੱਧ ਗਿਆ ਮਹਾਰਾਜ, ਫਿਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਵਗਦੇ ਪਾਣੀ ਵਿੱਚ ਜਲਮਾ ਨੇ ਧੱਕਾ ਦੇ ਦਿੱਤਾ। ਮੇਰੇ ਸਤਿਗੁਰੂ ਸੁਣੇ ਖਾਮੋਸ਼ ਹੋਏ। ਇੱਕ ਵਾਰੀ ਮੇਰੇ ਸਤਿਗੁਰੂ ਨੇ ਚਿਹਰਾ ਨੀਵਾ ਕਰ ਲਿਆ। ਸੋਚਾਂ ਦੇ ਡੂੰਘੇ ਸਮੁੰਦਰ ਵਿੱਚ ਡੁੱਬਾ ਮੇਰਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਕੁਝ ਸਮੇਂ ਬਾਅਦ ਮਹਾਰਾਜ ਦੇ ਨੇਤਰ ਖੁੱਲੇ, ਸੱਚਖੰਡ ਹਰਿਮੰਦਰ ਸਾਹਿਬ ਵੱਲੇ ਮੇਰੇ ਦਾਤੇ ਨੇ ਕੀਤਾ ਚਿਹਰਾ। ਮੇਰੇ ਸਤਿਗੁਰੂ ਦੇ ਨੇਤਰਾਂ ਵਿੱਚ ਖੂਨ ਉਤਰ ਆਇਆ, ਮੇਰੇ ਸਤਿਗੁਰੂ ਦੀਆਂ ਪੰਮਾਂ ਤਣ ਗਈਆਂ। ਗਰੀਬ ਨਿਵਾਜ ਸਤਿਗੁਰੂ ਮਹਾਰਾਜ ਦੀ 1.25 ਗਜ ਚੌੜੀ ਛਾਤੀ, ਉੱਚਾ ਲੰਬਾ ਕੱਦ, ਗੋਡਿਆਂ ਤੋਂ ਨੀਵੀਆਂ ਬਾਹਾਂ। ਮੇਰੇ ਸਤਿਗੁਰੂ ਨੇ ਦੋਨੋਂ ਬਾਜੂ ਆਕਾਸ਼ ਵਿੱਚ ਲਹਿਰਾਏ ਤੇ ਪਤਾ ਕੀ ਕਿਹਾ ਗੁਰੂ ਰਾਮਦਾਸ ਮਹਾਰਾਜ ਨੂੰ, ਹੇ ਸਤਿਗੁਰੂ ਮਹਾਰਾਜ, ਜਿੰਨੇ ਪਾਪ ਪਰ ਤਨ ਗਾਮੀ ਹੋਣ ਤੋਂ ਲੱਗਦੇ ਨੇ, ਜਿੰਨੇ ਪਾਪ ਪਰ ਇਸਤਰੀ ਦਾ ਸੰਗ ਕੀਤਿਆਂ ਲੱਗਦੇ ਨੇ ਉਹ ਪਾਪ, ਜਿੰਨੇ ਪਾਪ ਝੂਠ ਬੋਲਣ ਤੋਂ ਲੱਗਦੇ ਨੇ ਉਹ ਪਾਪ, ਜਿੰਨੇ ਪਾਪ ਠੱਗੀ ਮਾਰਨ ਤੋਂ ਲੱਗਦੇ ਨੇ ਉਹ ਪਾਪ, ਜਿੰਨੇ ਪਾਪ ਧੋਖਾ ਧੜੀ ਕਰਨ ਤੋਂ ਲੱਗਦੇ ਨੇ ਉਹ ਪਾਪ, ਸਾਰੇ ਦੇ ਸਾਰੇ ਪਾਪ ਮੈਨੂੰ ਲੱਗਣ ਜੇ ਮੈਂ ਆਪਣੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦਾ ਬਦਲਾ ਨਾ ਲੈ ਸਕਾਂ, ਉਹ ਸਾਰੇ ਪਾਪ ਮੈਨੂੰ ਲੱਗਣ ਜੇ ਮੈਂ ਆਪਣੇ ਪਿਤਾ ਦੇ ਡੁੱਲੇ ਹੋਏ ਖੂਨ ਦਾ ਬਦਲਾ ਨਾ ਲਵਾਂ। ਮਹਾਰਾਜ ਨੇ ਕੀਤੀ ਮੀਟਿੰਗ, ਮੀਟਿੰਗ ਕੀਤੀ ਮੇਰੇ ਸਤਿਗੁਰੂ ਨੇ, ਉਹਦੇ ਵਿੱਚ ਪ੍ਰਮੁੱਖ ਦੋ ਬੰਦੇ ਸੱਦੇ, ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਅਤੇ ਸਤਿਕਾਰਯੋਗ ਅਕਾਲ ਤਖਤ ਸਾਹਿਬ ਦਾ ਪਹਿਲਾ ਜਥੇਦਾਰ ਭਾਈ ਗੁਰਦਾਸ, ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ, ਸਤਿਕਾਰਯੋਗ ਖਾਲਸਾ ਜੀ। ਮੇਰੇ ਦਾਤੇ ਨੇ ਪ੍ਰਸਤਾਵ ਰੱਖਿਆ ਕਿ ਦੁਨੀਆਂ ਤੇ ਤਖਤ ਕਿਹੜਾ? ਕਹਿਣ ਲੱਗੇ ਮਹਾਰਾਜ ਦਿੱਲੀ ਦਾ ਤਖਤ। ਸਤਿਗੁਰੂ ਨੇ ਆਖਿਆ ਕਿੰਨਾ ਉੱਚਾ? 7 ਫੁੱਟ। ਮੇਰੇ ਦਾਦੇ ਨੇ ਧਰਤੀ ਵੱਲੇ ਉਂਗਲ ਕੀਤੀ, ਕਹਿਣ ਲੱਗੇ ਇੱਥੇ ਕਿਸੇ ਬੰਦੇ ਦਾ ਤਖਤ ਨਹੀਂ, ਇੱਥੇ ਅਕਾਲ ਦਾ ਤਖਤ ਬਣਾਵਾਂਗਾ ਤੇ ਦਿੱਲੀ ਦੇ ਲਾਓਸ ਕਿਲੇ ਦੇ ਨਾਲੋਂ 2 ਫੁੱਟ ਉੱਚਾ ਰੱਖਾਂਗਾ, 2 ਫੁੱਟ ਉੱਚਾ ਰੱਖਾਂਗਾ। ਮੇਰੇ ਸਤਿਗੁਰੂ ਨੇ ਨਾਮ ਦਿੱਤਾ ਅਕਾਲ ਬੁੰਗਾ, ਮੁੜ ਕੇ ਸ਼ਬਦ ਪੈ ਗਿਆ ਅਕਾਲ ਤਖਤ। ਮੇਰੇ ਗਰੀਬ ਨਿਵਾਜ ਸਤਿਗੁਰੂ ਨੇ ਅਕਾਲ ਤਖਤ ਸਾਹਿਬ ਦੀ ਕੀਤੀ ਸਿਰਜਣਾ, ਇਹਦੇ ਤੇ ਮਹਾਰਾਜ ਬੈਠੇ, ਸਤਿਗੁਰੂ ਸੱਚੇ ਪਾਤਸ਼ਾਹ ਤਖਤ ਤੇ ਬੈਠੇ, ਇੱਕ ਗੋਡੇ ਤੇ ਦੂਜੀ ਲੱਤ ਰੱਖੀ, ਮੇਰੇ ਪਾਤਸ਼ਾਹ ਦੇ ਮੋਢੇ ਤੇ ਕਮਾਨ, ਤੀਰਾਂ ਦਾ ਭਰਿਆ ਪੱਥਾ। ਬਾਬਾ ਬੁੱਢਾ ਸਾਹਿਬ ਨੇ 2 ਤਲਵਾਰਾਂ ਪਹਿਨਾਈਆਂ, ਮੀਰੀ ਦੀ ਤੇ ਪੀਰੀ ਦੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕਮੋੜੇ ਤੇ ਕਮਾਨ, ਸਤਿਗੁਰੂ ਦੇ ਹੱਥ ਵਿੱਚ 2 ਤਾਰਾ ਖੰਡਾ। ਜਦੋਂ ਤਖਤ ਤੇ ਸਤਿਗੁਰੂ ਹੋਏ ਸਵਾਇਮਾਨ, ਫਿਰ ਬਹਾਦਰ ਬਾਬਾ ਬਿਧੀ ਚੰਦ 2 ਢਾਡੀ ਲੈ ਕੇ ਆਇਆ ਸਾਡੇ ਪੁਰਖੇ, ਬਾਬਾ ਨਾਥਮਲ ਤੇ ਬਾਬਾ ਅਬਦੁਲ ਖੈਰ, ਮਾਸੀ ਦੇ ਪੁੱਤ ਭਰਾ, ਇੱਕ ਸੁਰ ਸਿੰਘ ਦਾ ਰਹਿਣ ਵਾਲਾ, ਦੂਜਾ ਸੁਲਤਾਨਵਿੰਡ ਪਿੰਡ ਦਾ ਰਹਿਣ ਵਾਲਾ, ਇਹ ਦੋਵੇਂ ਲਿਆਂਦੇ 12 ਗਾਈਆਂ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਜਦੋਂ ਢਾਡੀਆਂ ਨੇ ਗਾਈਆਂ 12, ਮੇਰੇ ਸਤਿਗੁਰੂ ਦੇ ਡੌਲੇ ਫੜ ਕੇ ਅਕਾਲ ਤਖਤ ਸਾਹਿਬ ਤੋਂ ਸਤਿਗੁਰੂ ਉੱਠ ਕੇ ਖੜ ਗਿਆ ਥਿਆ। ਇਹ ਮੈਂ ਨਾਲ ਨਾਲ ਜਿਹੜਾ ਮੈਂ ਟੱਚ ਕਰੀ ਜਾਣਾ, ਸਮੇਂ ਦੇ ਹਾਲਾਤ ਨੂੰ ਮੁੱਖ ਰੱਖਦਿਆਂ ਹੋਇਆਂ ਬੇਨਤੀ ਕਰਾਂਗਾ, ਸਮਝੀ ਆਪ ਜੀ ਨੇ ਜਾਣਾ, ਬੜੇ ਸਿਆਣੇ ਹੋ। ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਉੱਠੇ, ਮੇਰੇ ਪਾਤਸ਼ਾਹ ਨੇ ਜਿਉਂ ਜਿਉਂ ਸ਼ਬਦ ਕਹੇ ਉਹਨਾਂ ਸ਼ਬਦਾਂ ਨੂੰ ਕਲਮ ਬੰਦ ਕੀਤਾ ਇੱਕ ਕਵੀ ਨੇ। ਸਤਿਗੁਰੂ ਮਹਾਰਾਜ ਜੀ ਨੇ ਜਿਉਂ ਕੁਝ ਕਿਹਾ, ਉਹ ਕਹਿੰਦੇ ਗੁਰੂ ਅਰਜਨ ਪੰਚਮ ਪਾਤਸ਼ਾਹ,
सन मूल मालिक पूर्ण भगती दे ओ कर कुर्बानी धर्म अंदर ते बीज बीज गए शक्ति दे गुर छेवें जोधे हर गोबिंद होए विराजमान जद गद्दी ते ओ वारस बन के बैठ गए ते अपने विरसे जद्दी ते तद बाबा बुढ़ा जी कोलों उन्हें पहन लिया तलवारा दो भगती ते शक्ति मिल गई जिवें एक कला ते ग्यारह दो जिहड़ी सियासत अजे नखसमी सी ते जिहड़ी अजे अभागण सी लड़ धर्म दे लाके सतगुर ने उन्हूं कीता आप सुहागण सी सिख साध संत सब आण जुड़े जदों रिहा ना कोई ओले सी तद मार के चोट नगारे ते गुरु हर गोबिंद इउं बोले सी सिखो जे भेटा करनी है ते चंगे शस्त्र भेट करो तुसी जवानी भेट करो ते चंगे अस्त्र भेट करो तुसा मेरी खुशी जे लैनी है ते चंगे घोड़े सवार बनो नित पहनो शस्त्र अस्त्र भी ते जंगी सिपा सलार बनो अंग अंग मजबूत बना के कर दियो दुनिया दंग जवानों नाल अणख दे जीवो जागो समें दी इहो मंग जवानों तुसी ते उहो दिल जिन्हां दे साड़े गए सी तवी दे उत्ते याद तुहानू जिओ बीती सी शांतमई दे कवी दे उत्ते सिर सोहणे दस्तारे बन्नो ते सिखी शान बना के चलो सीने अपने तान के चलो ते तौड़ा नू अकड़ा के चलो लै तेगा तीरां नेजियां नू जा जंगल विच शिकार करो ते कसरत करो ते कौड़ी खेडो चंगे जिस्म तैयार करो आओ ढड्डगो गाओ गज के मेरे सतगुरु ने ढाडी सिंघां नू कहा आओ ढड्डगो गाओ गज के अणखी वीर रस दियां वारां बोल तुहाडे बनन वंगारां सुरां ते साज बन ललकारां थप थप करके तुहाडियां ढड्डां सुती कौम नू टुंब जगावन सारंगी दे गज दे कुंगरू कुर्बानी दा चा चढ़ावन कविता रब्बी दात है कविता रचदे जाओ जशीलियां वारां इट्टां दे कम आउणगियां बनन जदों कौमी दी वारां रचदे हो जदों समें दी कविता देंदे पलट तुसीं तकदीरां मुर्दे उठ के मर्द ने बनदे फड़ लैंदे हो हाथ शमशीरां एदां कह गुरु हरगोबिंद ने संगतां नूं उत्साह सी दित्ता सिखां दे दिल उत्तों सारा डर भाओ मौत दा लाह सी दित्ता नाल शांतमई जुड़ी वीरता माला ते तलवार जुड़ी सी एदां धर्म दे नाल सियासत आके पहली वार जुड़ी सी जद वजे चोट नगारे ते तद धमक पैंदी विच दिल्ली सी जद केसरी उच्चा लहर आया तक कुल हकूमत हिली सी रचिया तख्ते अकाल वेख के मुगल मीर सब कंब गया चढ़ता वेख गुरु हरगोबिंद दियां जहांगीर सी कंब गए मेरे सतगुरु ने दोहरे दमाले चुलाए मेरे सतगुरु सचे पातशाह महाराज ने मीरी ते पीरी दियां श्री साहिबां पहिनियां इन्हे नू सत्कार जो खालसा जी मेरे सतगुरु महाराज के पावन दरबार विच इक जानवर आया जानवर उन्हों कहिंदे बाज हुण बाज लियांदी मेरे पातशाह नू ओह बाज दित्ती महाराज ने हाथ ते बिठाई कुछ दिनों बाद मेरे सतगुरु कहिंदे शिकार खेडण नू जी करदा है सन्मान योग ब्रह्म ज्ञानी बाबा बुढ़ा साहब पहिंदे खान सन्मान जो खालसा जी भाई जेठा भाई लंगा भाई पैड़ा भाई गुरिया भाई मोखा भाई तोता भाई तलोका भाई मोहन इत्यादिक गुरु के प्यारियां ने आख्या कहन लगे महाराज जो तुहाडा हुक्म है मेरी सच्ची सरकार बैठे घोड़े ते आ राम तीर्थ दा कलर जिथे किते सीता आण के बैठी जदों ए जंग होई रावण दे कोलों लियांदी गई माता सीता ते राम ने अपने घरों कढ दित्ता कहन लगा भी तू पराए मर्द दे कोल रह के आई है इस तरह दियां गल्लां कीतियां जदों आ गई राम तीर्थ ये वो जगह है जिथे सत्कार जो खालसा जी वाल्मीक ने रामायण लिखी जिथे सीता रही ते जिथे सीता दे दो पुत्र लव ते कुश एक ने लाहौर वसाया दूजे ने कसूर ये वो जगह है जिथे बाबा बुढ़ा भीड़ बाबा बुढ़ा साहब के पिछले बने एक पिंड है कसेल ते जेड़ी राम भगवान की माता सी ना श्री राम की ओदा नाम सी कुछल्या ओदे तो बनिया कसेल इथों की रहने वाली सी ओदा पेका घर है इथों राम ने घोड़े के मथे ते एक तख्ती बधी उन्हें आख्या जेड़ा मेरे घोड़े नू पकड़ेगा मेरे नाल जंग करेगा यह घोड़ा चलेगा राम तीर दे कलरां विच लव ते कुछ खेड़दे फिरदे ने इन्हां ने घोड़े की पकड़ी लगाम अपनी माता दे कोल लैके आ गया इहदी माता ने आख्या वे पोते घोड़ा ते तुहाडे प्यो दा है तख्ती लिखी है भी जेड़ा घोड़े नू पकड़ेगा मेरे नाल जंग करेगा वे पुत्रो तुहाडे प्यो दा घोड़ा है लव कुछ ने आख्या कहन लगे मां प्यो उदों किथे गया सी जदों तैनू धक्के मार के घरों कढ दित्ता जेड़े प्यो ने
साड़ी मां नूं घरों कढ दिता, साडा कुछ नहीं लगता, प्यो बन ठण के आवे, इट दा जवाब पत्थर ना दे के तोरांगे। इस जगह ते सत्कार जो खालसा जी जिथे अज राम तीर्थ बनया है, ए ओ जगह है जिथे महाराज शिकार खेडन वास्ते जा रहे ने। जंगल है, एक तखत ते लगी हुई, एक दरखत के उपर लगी हुई लकड़ की तखत, उहदे ते लिखिया सी कोई गैर मुसलमान इत्थे शिकार नहीं खेड सकदा। महाराज जो इत्थे गए, सतगुरु ने घोड़े की लगाम खिंची, घोड़ा रुक गया। बाबा बिधी चंद साहब ने आख्या, महाराज ये की? सतगुरु कहिंदे आ तख्ती लगी है भी कोई गैर मुसलमान इत्थे शिकार ना खेडे। महाराज फिर तुहाडा की हुक्म है? सतगुरु ने तख्ती पुटी, वगोल के जमीन ते मारी, जोर दी सतगुरु ने अपना सन्मान जोग। गुरु हरगोबिंद साहब ने जदों अपना चरण उस फट्टी ते मारिया, दो टोटे कर दिते। भाई जेठे ने पुछया, महाराज ये की? बाबा बिधी चंद साहब ने पुछया, महाराज ये की? ते मीरी पीरी दे मालक ने आख्या, कहन लगे, बाबा जी जेड़ी कौम इन्हां तख्तियां तो डर जावे, वह तख्तां दी मालक नहीं कदे बन सकदी। जेड़े निके मोटे परचियां चो डर जाण, वह कौम दा घर नहीं कदे भी बना सकदा। तो मैं बेनती कर रहा, उन्हें आख्या, सतगुरु महाराज कहन लगे, बाबा जी जेड़ी कौम इन्हां तख्तियां तो डर गई, वह कदे तख्तियां दी वारस नहीं तख्तां दी बन सकदी। मेरी सची सरकार अगे शिकार खेडण वास्ते वधे, सामने एक दरखत का सुका होया मोढ़, उहदे ते महाराज बैठे ने, सिख लागे बैठे ने तुहाडे वांगर। महाराज ने आकाश वल्ले वेख्या, एक वारी वेख के खिड़खड़ा के हसे, दूजी वारी वेख के महाराज मायूस हो गए, सतगुरु का चेहरा उतर गया। सन्मान योग बाबा बिधी चंद साहब ने पूछा, महाराज की गल है? आकाश विच वेख के एक वारी हसे हो, दूजी वारी मायूस होए हो? सतगुरु कहिंदे तुसी भी वेखो आकाश विच की है। बाबा बिधी चंद साहब ने हथ रख के आख्या, कहिंदा महाराज आकाश विच कुछ भी नहीं। सतगुरु कहिंदे गौर ना वेख। उन्हें आख्या, महाराज गौर ना वेख्या, एक पंछी उड़ता फिरदा बाज है, गरीब नवाज पाछा बाज एक पंछी नूं फड़दी है, उन्हें नोचदी है, फिर छड़ दिंदी है। वह पंछी लहु लुहान होकर थले नूं आउंदा है, जदों जमीन वल नूं आउंदा रस्ते विचों पकड़ के फिर आकाश विच लै जांदी, उहदे खंभ नोच नोच के वह बाज खा रही है। मैं रही है शब्द इस करके वरत्या है कि बाज जो रब ने बनाया ना, बाज मादा है, नर नहीं रब ने पैदा किया। हुण तुसीं क्वेश्चन मेरे ते करोगे भी जे नर पैदा नहीं किया तो यदि गां बंसावली यदि गां वंश तो रब ने एक पंछी बनाया, उन्होंने कहिंदे जुर्रा, इन्ना दलिद्री इन्ना आलसी, उहदा दुनिया के लोग नां नहीं लैंदे। महान कोश नूं पढ़ लिओ, परमात्मा ने मादा बनाई है, नर नहीं बनाया बाज। हुण गुरु हरगोबिंद साहब सचे पातशाह नूं बाबा बिधी चंद साहब ने आख्या, कहन लगे, सतगुरु ओ बाज है, इक पंछी फड़दी है। महाराज कहिंदे ने गौर ना वेख। उन्हें आख्या, महाराज वेख लिया बाज है। सतगुरु कहिंदे तेरी निगाह विच बाबा जी, तुहाडी निगाह विच बाज है, पर साडी निगाह विच ओ मेरे देश दा बाद, मेरे देश दा बेईमान राजा है। ये भावे उदों ना ला लो ते भावे अज ना ला लो। सन्मान जो खालसा जी मेरे दाते ने आख्या, कहन लगे, बाबा जी तुहाडी निगाह विच ओ बाज है, मेरी निगाह दे विच मेरे देश दा बेईमान हाकम है, तुहाडी निगाह विच ओ कबूतर है, मेरी निगाह दे विच मेरे देश दी गरीब जनता है, मेरे देश दी मजलूम जनता है, जिन्हों नोच नोच के इथों दा हाकम खा रहा है। महाराज फिर तुहाडा की हुक्म है? मेरे सतगुरु ने आख्या, मेरा जी करता है ए तशद्दद ए जुल्म हमेशा हमेशा वास्ते खत्म कर दिया। महाराज किवें करोगे? सतगुरु महाराज बैठे ने मोढ़ दे उपर, अपना खब्बा हाथ थोड़ा जिहा तां कीता जिहदे ते बाज बैठी सी। महाराज ने थोड़ा जिहा हाथ हिलाया, बाज ने अपने दोवे खंभ खोले, उन्हें जोर दी जदों खंभ छड्डे, मेरे सतगुरु ने अपने अंगूठे ना लपेटी हुई डोर सतगुरु ने उतार के जोर दी डोर खिंच के जदों छड्डी, ओ शाही घराने दी बाज दे उपर मीरी पीरी दे मालक दी बाज जिने टुट के पई, उन्हां लाइनां नूं ढाडी जथा बेनती आयो।
ਰਿਸ਼ ਗੌਰ ਦੇਵ ਨੇ ਜੋਸ਼ ਖਾਦਾ ਖੂਨ ਗੜਕਿਆ ਦਿਲ ਦੀ ਦੇਖ ਅੰਦਰ ਬਿਜਲੀਆਂ ਲਿਸ਼ਕ ਪਈਆਂ ਸੂਰਮ ਗਤੀ ਦੇ ਗਰਜ ਦੇ ਮੇਘ ਅੰਦਰ ਯੋਗ ਵੀਰ ਅਜੈਬ ਸਿੰਘ ਜੀ ਜਿਹੜੇ ਵੀਰ ਵਾਸਤੇ ਬਹੁਤ ਅਰਦਾਸਾਂ ਹੋ ਰਹੀਆਂ।
वीर अजैब सिंह जी की सत्कारयोग माता जी अरदास बेनती करवा के गए ने कि महाराज उन्होंने पोतरे की दात बख्शे पाई अजैब सिंह परमात्मा पुत्र की दात बख्शे मेरे वीर गुरदेव सिंह जी वह भी भाई अजैब सिंह पुत्र की कामना करते हैं मेरे वीर छोटे वीर अरदास बेनती करवा के गए ने सारे वीर वालों अरदास आई है कि गुरु कलगीधर महाराज गुरु ग्रंथ साहब जी वीर अजैब सिंह पुत्र की दात बख्शे बड़िया अरदासा आप वीर वास्ते करते हैं पर याद रखियो इन अरदासा का फल जिहड़ा हुंदा ना बड़ी चढ़दी कला का फल हुंदा परमात्मा देवेगा जरूर असीं कह दिंदे भी उहदे घर देर है अंधेर नहीं ये साडी मत है ना उहदे घर देर है ते ना उहदे घर अंधेर ही है इत्थे ते इह कर करे सो इह कर पाए महाराज कृपा करे सतगुरु सच्चे पातशाह इन्नियां अरदासां कलगियां वालिया संगत कराउंदी कि ते कर कृपा साचे साहिबा क्या नाहीं कर तेरा घर तां तेरा सब किश है जिस देह सो पावा अरदास करो एक बारी मन बिरती कागर करके महाराज वीर अजैब सिंह नूं सतगुरु पुत्र दी दात बख्शी जे रब ने उन्हों तियां दी दात बख्शी उन्हें मथे ते तिउड़ी नहीं पाई तेरी दित्ती हुई दात नूं झोली अड के सतगुरु महाराज स्वीकार किया बड़ा वड्डा मान हुंदा है तियां माड़ियां नहीं हुंदियां तियां पुत्तां नूं वध प्यार करदियां पर हर एक चीज की लोड़ है जे दिन है तो रात है जे पाप है तो पुण है जे सच है तो झूठ है जे तियां है तो पुत्रां दी भी लोड़ हुंदी है एक बारी सारी संगत मन करके गुरु कलगीधर महाराज के चरण फड़ो ते मेरे सतगुरु के चरणा च अरदास बेनती करो दातिया वीर अजैब सिंह नूं पुत्र दी दात दे के निवाज कलगीधर दशमेश पिता महाराज कर दे कृपा गुरु हरगोबिंद साहब इत्थे ते माता सुलखणी आई गरीब नवाज सतगुरु जी नूं एक पुत्र दी आस नहीं सी तू सत पुत दे के महाराज नवाजे सत ने तेरे को मंगते एक दे के सतगुरु नवाज दे एक बारी सारी संगत गुरु ग्रंथ साहिब महाराज नूं सीस चुका के मन बिरती एकागर करके इस वीर दी अरदास बेनती करो कहो जी नानक नाम चढ़दी कला तेरे पाणी सरबत दा भला सत्कारयोग गुरु घर दे वजीर भाई सुखविंदर सिंह जी उन्हां दे पिता जी वल्लों माया आई है महाराज कृपा करन वीर सुखविंदर सिंह दे सिर ते मेहर भरिया हाथ रखे उन्हां नूं गृहस्थ प्रवेश की सतगुरु बख्शे ये अरदास बेनती है महाराज दे पावन चरणां विच तरनवीर सिंह जिहड़ा बोल नहीं सकता ये ते ओह दारे इत्थे गूंगे आए महाराज ने गीता दे अर्थ करवा दित्ते गूंगा आया कन्ना तो बोला आया महाराज ने छड़ी रखी गीता दे अर्थ करवा दिते अरदास करो परमात्मा कृपा करे इस वीर नूं बोलन शक्ति बख्शे एक बारी सारी संगत कहो सतनाम श्री वाहेगुरु वाह वाह वीर बिक्रम सदमान योग साडे बिका साउंड बड़े प्यार वाले ने एक अरदास करवाई है वो कहिंदे महाराज मैं जे शब्द नहीं वरतांगा भी जे महाराज वीर नूं पुत दी दात बख्शे अजैब सिंह ना वो कहिंदे भी महाराज आने वाले समय में वीर अजैब सिंह नूं पुत्र दी दात दे दे तेरे समागमां दे विच उह साउंड दी फ्री सेवा करके जाणगे गरीब नवाज सतगुरु महाराज कृपा करे रहमत करे वीर नूं हुण पुत्र दी दात बख्शे ते पुत्र दई महाराज उच्चे सुचे जीवन वाला चंगे किरदार वाला महाराज बख्शी जिहड़ा तेरे चरणा नाल जुड़िया रहे यह अरदास है सतगुरु दे पावन चरणा विच तो आओ ध्यान लैके चलिए उस राम तीर्थ दे कलरां विच महाराज ने अपनी बाज दी डोर छड्डी ਉਹ ਬਾਜ ਜਾ ਕੇ ਪਈ ਮੀਰ ਸ਼ਿਕਾਰੀਆਂ ਦੀ ਬਾਜ ਤੇ ਸਤਿਗੁਰੂ ਦੀ ਬਾਜ ਡੇਰੇ ਵਿੱਚ ਆਣ ਕੇ ਉਤਰੀ ਉਹ ਵੀ ਬਾਜ ਆਣ ਕੇ ਉਤਰੀ ਉਹ ਬਾਜ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਪਕੜ ਲਈ ਮਹਾਰਾਜ ਕਹਿੰਦੇ ਬਾਬਾ ਜੀ ਦੀ ਬਾਜ ਫੜ ਲਈ ਹੈ ਤੁਸੀਂ ਜੀ ਮਹਾਰਾਜ ਸਤਿਗੁਰੂ ਕਹਿੰਦੇ ਦੋਨੋਂ ਬਾਜ ਲੈ ਕੇ ਤੇ ਤੁਸੀਂ ਅੰਮ੍ਰਿਤਸਰ ਆਉਣਾ ਮਹਾਰਾਜ ਘੋੜੇ ਤੇ ਬੈਠੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਡੇਰਾ ਸਮੇਟ ਕੇ ਤੁਸੀਂ ਪਿੱਛੇ ਆ ਜਿਓ ਆਪ ਮਹਾਰਾਜ ਪਹੁੰਚ ਗਏ ਅੰਮ੍ਰਿਤਸਰ ਇੱਥੋਂ ਜਦੋਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਲੱਗੇ ਨਾ ਤੁਰਨ ਇਹਨਾਂ ਦੀ ਗਿਣਤੀ ਆ 25 ਤੇ ਜਿਨ੍ਹਾਂ ਦੀ ਬਾਜ ਇਹਨਾਂ ਦੇ ਹੱਥ ਵਿੱਚ ਆਈ ਉਹਨਾਂ ਦੀ ਗਿਣਤੀ ਆ 150 ਉਹਨਾਂ ਨੇ ਘੋੜੇ ਭਜਾਏ ਆਣ ਕੇ ਘੇਰਾ ਪਾ ਲਿਆ ਕਿਸੇ ਕੋਲੋਂ ਕੋਈ ਚੀਜ਼ ਮੰਗਣੀ ਹੋਵੇ ਨਾ ਆਪਾਂ ਨਿਮਰਤਾ ਨਾਲ ਮੰਗਦੇ ਵੀ 2 ਮਿੰਟ ਮੋਟਰਸਾਈਕਲ ਦੇ ਦੀ ਮੀਰਾ ਵੀਰ ਤੇ ਜੇ ਜਾ ਕੇ ਕਹੀਏ ਬੰਦੇ ਦਾ ਪੁੱਤ ਬਣ ਕੇ ਮੋਟਰਸਾਈਕਲ ਦੇ ਦੇ ਅਗਲਾ ਰੋਬੜੇ ਨਾ ਪਾ ਦੂ ਵੀ ਨਾਲੇ ਮੋਟਰਸਾਈਕਲ ਮੰਗਦਾ ਹੈ ਨਾਲੇ ਟੌਰ ਮਾਰਦਾ ਹੁਣ ਜੇ ਤੇ ਨਿਮਰਤਾ ਨਾਲ ਆਉਂਦੇ ਤੇ ਹੱਥ ਜੋੜ ਕੇ ਕਹਿੰਦੇ ਵੀ ਭਾਜੀ ਤੁਹਾਡੇ ਕੋਲ ਸਾਡੀ ਬਾਜ ਹੈ ਜੇ ਕਿਰਪਾ ਕਰਕੇ ਦੇ ਦਿਓ ਮੇਰੇ ਬੇਬੀ ਬੀਬੇ ਵੀਰ ਤੇ ਬਾਬਾ ਬਿਰੀ ਚੰਦ ਸਾਹਿਬ ਨੇ ਕਹਿਣਾ ਸੀ ਦੋਵੇਂ ਲੈ ਜਾਓ ਫਿਰ ਕਿਹੜੀ ਗੱਲ ਅਸੀਂ ਹੋਰ ਲੈ ਆਵਾਂਗੇ ਇਹਨਾਂ ਨੂੰ ਨਸ਼ਾ ਸੀ ਕੁਰਸੀ ਦਾ ਐ ਸਮਝੀ ਜਾਇਓ ਜੰਗ ਭਾਵੇਂ 1628 ਦੀ ਹੈ ਟੁੱਕੇਗੀ 1923 ਆ 2023 ਚ ਇਹਨਾਂ ਨੂੰ ਨਸ਼ਾ ਸੀ ਕੁਰਸੀ ਦਾ
ਤੇ ਕੁਰਸੀ ਦਾ ਨਸ਼ਾ ਪਾਊ ਸ਼ਰਹਾਰ ਇੱਕ ਨਸ਼ੇ ਨੂੰ ਪੈਣਾ ਕੁਰਸੀ ਦਾ ਨਸ਼ਾ ਦੂਜਾ ਤੇ ਲੈ ਜਾਂਦਾ ਜਿਹਨੂੰ ਇਹ ਚੜ ਜਾਵੇ ਨਾ ਕੁਰਸੀ ਦਾ ਨਸ਼ਾ ਉਹ ਨਹੀਂ ਲੈਂਦਾ ਤੇ ਇਹਨਾਂ ਨੇ ਆਉਂਦਿਆਂ ਸਾਰ ਵਖੀਆਂ ਤੇ ਰੱਖੇ ਹੱਥ ਤੇ ਡੇਲੇ ਕੱਢ ਲੈ ਸੂਤਰ ਸੂਤਰ ਬਾਹਰ ਇਹਨਾਂ ਨੇ ਆਉਂਦਿਆਂ ਆਖਿਆ ਕਹਿਣ ਲੱਗਾ ਓਏ ਬਾਜ ਤੁਹਾਡੇ ਕੋਲ ਤੇ ਬਾਬਾ ਬੀਰੀ ਚੰਦ ਸਾਹਿਬ ਨੇ ਆਖਿਆ ਝੂਠ ਤੇ ਕਦੇ ਬੋਲਿਆ ਨਹੀਂ ਆ ਬਾਜ ਹੈ ਇਹ ਤੁਹਾਡੀ ਕਿਹੜੀ ਤੇ ਸਾਡੀ ਤੇ ਆ ਤੁਹਾਡੀ ਆ ਉਹਨਾਂ ਆਖਿਆ ਆ ਬਾਜ ਸਾਡੀ बाबा जी कहिंदे चलो ठीक है जे तुहाडी है मुड़ के उन्हें अगला शब्द किया घोड़े ते बैठे ने बंदे दा पुत बन के मेरी बाज दे दे नहीं ते बाबा जी कहिंदे नहीं ते कहिंदा फिर दूजी तरह लवांगे दूजी तरह बाबा जी खिड़खड़ा के हसे वो दोवें बाजां फड़ा दित्तियां भाई जेठे दे हाथ विच ते बाबा जी ने श्री साहिब हाथ विच पकड़ी ते मथे नूं ला के कहिंदा महाराज जिदण दी तू अकाल तखत साहिब दे विहड़े विच फड़ाई है ना मैनूं मैं ते बाणी पढ़ के नेत्र अरदास करदा सी किते विच इहना जंग लग जावे इहनू कढ़न दे वी किते सतगुरु आ गया बख्शी ते कल कीती अरदास ते एडी छेती सुन वी लई अजे कल अरदास कीती एडी छेती सुन लई ते बाबा जी ने आवाज दे के आख्या भाई जेठा जी ते बाबे जेठे ने आख्या दसो सत पुरशो बाबा बीरी चंद साहिब ने आख्या साडी गिणती किन्नी कहिंदा 25 ते जिहड़े बाज लैणा है उहनां दी गिणती किन्नी कहिंदा 150 ते साडे कोल बाजां किन्नियां कहिंदे 2 ते बाबा जी कहिंदे भी कल्ला कल्ला बाज मंगदा साडे को बाजां 2 ते देणियां किवें ने भाई जेठे ने आख्या बाबा जी हुक्म करो 150 नूं कल्ले कल्ले नूं बाज दे दिंने इह उहनां दे बोले सी ते जिहड़े बाजां लैणा है इक दूजे नाल गल्लां करदे भी बाजां 2 इह कहिंदे 150 नूं बाज दे के तोर नहीं पता नहीं इहने किहो जिहियां बाजां देणियां है बाबा बिधी चंद साहिब ने आख्या भी बंदा 150 बाजां 2 इहनां नूं 150 बाज दे के तोरना सिंह समझ गया इशारा ते भाई जेठे ने आख्या भी बाबा जी किवें को टप टुप लाउणा के लाछां लुछां पाउणियां है बाबा बिधी चंद साहिब ने आख्या भी टप उदों लाईदा जदों सिरों पानी लंघ जावे पहलो रीज ना वाहुणी डांग सिखां ने ऐ चंबड़ के दरख्तां दे नाल तोड़ियां डांगां उहनां दे नालों ला के पत्ते मुगदर रख लै अपने मोढ़ियां दे उपर जिहड़ा 150 बाज मंगण आया सी ना मार मार के मोरा चाहे कीते लाल वो 150 जाके वजाओ दिल्ली दरवाजा जिथे बनया होया ना लाहौर वो अज दा नहीं बड़िया पुरानिया फशीलां ने उन्हां दीवारां दे नाल जाके वजा 150 बंदा सामने लगा पंजाब दा गवर्नर है कुलीज खान पंजाब दा सेनापति है मुखलस खान दोवें बैठे दरबार विच शिकारियां नूं डीक रहा भी अज तित्तर बटेरे लियाउणगे तड़के छड़के लगणगे नाले कबाब चलू नाले पैग प्याला चलू ते जिन्होंने तित्तर बटेरे खड़ने सी ओ बाज भी खवाए जदों 25 गए दरबार विच ते कुलीज खान ने आख्या कहन लगा ओए किवें कोई तित्तर तुत्तर लियांदा उहनां आख्या भाऊ तित्तर लभदा सी ते बाज खवा के आ गए खोई किन्ने जदों गल कही भी बाज खोई किन्ने सिपाही ने आख्या कहन लगे कुछ ना पुछ जिहड़ी नवी नवी ताकत इक होंद विच आई है जिहनूं मीरी पीरी दा मालक गुरु हरगोबिंद साहिब कहिंदे ओहदे विगड़े सिखां ने साडी बाज खोई असी बाज मंगण गए यकीन करके जाणियो गवर्नर साहब असी 150 ने जोड़े हाथ घा लिया मूँह विच ते जाके हाथ जोड़ के उन्होंने आख्या भी साडी बाज नहीं भी रहो तुहाडे कोल उन्हां नूं पता नहीं अग काहदी लगी सी असी 150 वो 25-26 बंदे सन साडे गल पै गए सानू ते हथियार भी ना बेमियान करन दित्ते कुलीज खान ने पता की आख्या उन्हें आख्या तुसीं हाथ जोड़न वाले ते नहीं लगदे हाथ जोड़न वाले लोग होर हुण कुलीज खान ने आख्या कहन लगा बाज मैं लैके दिखावांगा लगा दरबार यह है सिखां ते पहला हमला यह बाबे नानक दे दर ते पहला हमला उहदे तों लैके ते अज तक सिखां ते हमले आए ने पर मैं एक बेनती करदा तुसीं एक प्लास्टिक की गेंद वेंदे हो ना गेंद उहनूं बच्चा जिन्नी जोर ना जमीन ते मारे उन्नी आकाश वल्ले जांदी है ये खालसा पंथ उसे गेंद की न्याई है इहनूं जिन्ना जमीन ते मारोगे उन्ना आकाश वाले उछलेगा इहदे ते जिन्ना तशद्दुद करोगे सोने नूं कुठाली विच पा के जिन्ना साड़िया जावे वह सोना छोद हो के कुठाली विचों बाहर आउंदा ये पंथ है मता किसी नूं भुलेखा होवे भी ये खत्म कर देंगे खत्म नहीं होना यह तो उदों खत्म ना होया जदों गिणती पूरी 1,00,000 सी जिहदे विचों 35,000 एक दिन मार दिता गया वड्डे घल्लूघर विच बचिया 65,000 वो 65,000 ने सत्कार जो खालसा जी फिर 1733 नवाबी लै ली सी नवाबी ये उदो ना मरिया अज कित्थों मरना है तो मैं बेनती कर रहा कुलीज खान ने लगाया दरबार
उन्हें आख्या बाज की गल करते हो जे गुरु हरगोबिंद साहब डाटा मार देना मेरे पैरों में आके डिगा तो मैं पंजाब का गवर्नर ना समझियो लगाया दरबार लगे हुए दरबार के कुलीज खान अपनी फौज को वंगार के ललकार के जो कुछ कहता उन्होंने लाइनों लालू घूमन का ढाडी जथा
ਸਤਿਕਾਰਯੋਗ ਖਾਲਸਾ ਜੀ 7,500 ਫੌਜ ਤਿਆਰ ਕੀਤੀ, ਸੈਨਾਪਤੀ ਬਣਾਇਆ ਮੁਖਲਸ ਖਾਨ। ਇਹ ਮੁਖਲਸ ਖਾਨ ਜਿਹਨੇ ਗੋਇੰਦਵਾਲ ਦੇ ਲਾਗੇ ਇੱਕ ਪਰੋਵਾਲ ਪਿੰਡ ਪੈਂਦਾ ਜਿੱਥੇ ਖੁਸਰੋ ਨੂੰ ਘੇਰ ਕੇ ਇਹ ਮੁਖਲਸ ਖਾਨ ਨੇ ਮੁਕਾਬਲਾ ਕੀਤਾ। ਖੁਸਰੋ ਹਾਰਿਆ, ਇਹ ਜਿੱਤਿਆ। ਇਹਦੀ ਜਿੱਤ ਦੀ ਖੁਸ਼ੀ ਵਿੱਚ ਬਾਦਸ਼ਾਹ ਨੇ ਉਹ ਨਾਮ ਬਦਲ ਕੇ ਰੱਖਿਆ, ਉਹਦਾ ਨਾਂ ਹੈ ਸਤਿਕਾਰਯੋਗ ਖਾਲਸਾ ਜੀ। ਆਪ ਜਾਂਦੇ ਹੋ ਫਤਿਆਂਬਾਦ। ਇਹ ਮੁਖਲਸ ਖਾਨ ਦੀ ਜਿੱਤ ਵਿੱਚ ਭਾਰਤ ਦੇਸ਼ ਦੇ ਬਾਦਸ਼ਾਹ ਨੇ ਨਾਂ ਬਦਲ ਕੇ ਰੱਖਿਆ ਸੀ ਫਤਿਆਂਬਾਦ। ਉਹ ਮੁਖਲਸ ਖਾਨ ਜਿਹਨੇ ਖੁਸਰੋ ਹਰਾਇਆ, ਉਹਨੂੰ ਨਸ਼ਾ ਸੀ ਵੀ ਮੇਰੇ ਗਾੜੀ ਗੁਰੂ ਹਰਗੋਬਿੰਦ ਸਾਹਿਬ ਸਾਗ ਭਾਤ ਖਾਣ ਵਾਲੇ ਲੋਕ ਕਿਵੇਂ ਅੜਨਗੇ। 7,500 ਫੌਜ ਲੈ ਕੇ ਤਿਆਰੀ ਲੱਗਾ ਕਰਨ। ਲਾਹੌਰ ਤੋਂ ਕੁਝ ਸਿੱਖ ਤੁਰੇ, ਉਹ ਆ ਗਿਆ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਵਿੱਚ, ਅਕਾਲ ਤਖਤ ਸਾਹਿਬ। ਉਹਨਾਂ ਆਖਿਆ, ਮਹਾਰਾਜ ਤੁਹਾਡੇ ਚਰਨਾਂ 'ਚ ਬੇਨਤੀ, 7,500 ਫੌਜ ਆ ਰਹੀ ਹੈ, ਤੁਹਾਡੇ ਘਰ 'ਤੇ ਹਮਲਾ ਕਰਨਗੇ। ਉਹਨਾਂ ਨੇ ਕਸਮ ਇਹ ਖਾਧੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜਿਉਂਦਾ ਜਾਂ ਮੁਰਦਾ ਸ਼ਾਹਜਹਾਨ ਦੇ ਪੈਰਾਂ ਵਿੱਚ ਦਿੱਲੀ ਲਿਜਾ ਕੇ ਸੁੱਟਣਾ ਹੈ। ਮੇਰੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਜਿਹਦੇ ਵੱਲ ਪਰਮਾਤਮਾ ਹੋਵੇ ਨਾ, ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੇ ਕੋਈ। ਜਿਹਦੇ ਵੱਲ ਗੁਰੂ ਨਾਨਕ ਦਾ ਦਰ ਹੋਵੇ, ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਸਾਨੂੰ ਭੁਲੇਖਾ ਹੈ ਵੀ ਜੇ ਮੈਂ ਨਾ ਹੁੰਦਾ ਤੇ ਸ਼ਾਇਦ ਦੁਨੀਆਂ ਨਾ ਹੁੰਦੀ। ਇਹ ਬੰਦੇ ਨੂੰ ਭੁਲੇਖਾ ਹੈ। ਜਦੋਂ ਬੱਚਾ ਜਨਮ ਲੈਣ ਲੱਗਦਾ, ਉਦੋਂ ਨਾ ਕੁਦਰਤ ਉਹਦੇ ਸਿਰ ਤੇ ਇੱਕ ਹੱਥ ਫੇਰਦੀ, ਹੱਥ ਹੱਥ ਫੇਰ ਕੇ ਪਤਾ ਕੀ ਕਹਿੰਦੀ ਕੁਦਰਤ, ਵੀ ਤੇਰੇ ਵਰਗਾ ਬੰਦਾ ਮੈਂ ਪਹਿਲੋਂ ਦੁਨੀਆਂ ਤੇ ਕੋਈ ਨਹੀਂ ਉਕੱਲਿਆ। ਬਸ ਉਹ ਇੱਕ ਵਾਰੀ ਹੱਥ ਫੇਰਦੀ ਹੈ, ਮੁੜ ਕੇ ਬੰਦਾ ਮੋਢਿਆਂ ਉੱਤੇ ਥੁੱਕਦਾ ਪੀ ਵਾਕਿਆ ਮੇਰੇ ਵਰਗਾ ਦੁਨੀਆਂ ਤੇ ਕੋਈ, ਜੇ ਮੈਂ ਨਾ ਹੁੰਦਾ ਤਿਆਰ ਨਹੀਂ ਸੀ। ਮੁਖਲਸ ਖਾਨ ਨੇ ਆਖਿਆ, ਕਹਿਣ ਲੱਗਾ, ਜੇ ਗੁਰੂ ਡਾਢਾ ਮਾਰਦਾ ਲਾਹੌਰ ਹੱਥ ਜੋੜ ਕੇ ਆਪ ਨਾ ਆਵੇ ਤੇ ਮੇਰਾ ਨਾਂ ਮੁਖਲਸ ਖਾਨ ਕਿੰਨੇ ਲੈਣਾ। ਇਧਰੋਂ ਸਿੱਖ ਆ ਗਏ, ਮਹਾਰਾਜ ਮੁਖਲਸ ਖਾਨ ਹਮਲਾ ਕਰੇਗਾ। ਮੇਰੇ ਦਾਤੇ ਨੇ ਆਖਿਆ, ਜਿਹਦੇ ਵੱਲ ਗੁਰੂ ਨਾਨਕ ਦਾ ਦਰ ਹੋਵੇ, ਉਹਦਾ ਵਿਗਾੜ ਕੋਈ ਕੁਝ ਨਹੀਂ ਸਕਦਾ। ਤੁਸੀਂ ਆਏ ਹੋ, ਤੁਹਾਡਾ ਧੰਨਵਾਦ। ਮਹਾਰਾਜ ਨੇ ਤਿਆਰੀ ਕੀਤੀ। ਦੋ ਕੁ ਪੁਆਇੰਟ ਜ਼ਰੂਰ ਨੋਟ ਕਰਿਓ। ਸਿੱਖ ਕੌਮ ਦਾ ਪਹਿਲਾ ਕਿਲ੍ਹਾ ਜਿਹੜਾ ਹੈ, ਜੇ ਸਾਨੂੰ ਕੋਈ ਪੁੱਛੇ ਵੀ ਸਿੱਖ ਜਗਤ ਦਾ ਪਹਿਲਾ ਕਿਲ੍ਹਾ ਕਿਹੜਾ, ਤੇ ਮਾਫ ਕਰਨਾ 85% ਸਾਨੂੰ ਨਹੀਂ ਪਤਾ ਵੀ ਸਿੱਖ ਜਗਤ ਦਾ ਪਹਿਲਾ ਕਿਲ੍ਹਾ ਕਿਹੜਾ। ਸਭ ਤੋਂ ਪਹਿਲਾਂ ਸਿੱਖ ਕੌਮ ਦਾ ਜਿਹੜਾ ਕਿਲ੍ਹਾ ਹੈ, ਉਹ ਕਿਲ੍ਹਾ ਹੈ ਅੰਮ੍ਰਿਤਸਰ ਦੀ ਧਰਤੀ ਤੇ ਲੋਹਗੜ੍ਹ ਦਾ ਕਿਲ੍ਹਾ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਬਣਵਾਇਆ, ਕੱਚਾ ਕਿਲ੍ਹਾ। ਮਹਾਰਾਜ ਨੇ 25 ਸਿੱਖ ਤਿਆਰ ਕੀਤੇ ਵੀ ਤੁਸੀਂ ਭਾਈ ਮੋਹਣ ਤੇ ਭਾਈ ਗੋਪਾਲ, ਇਹ ਦੋਵੇਂ ਸਕੇ ਭਰਾ ਨੇ, ਇਹਨਾਂ ਦੇ ਨਾਲ 23 ਬੰਦੇ ਹੋਰ ਦਿੱਤੇ, ਇਹਨਾਂ ਦੇ ਨਾਲ ਇੱਕ ਬੰਦਾ ਦਿੱਤਾ ਉਹ ਖੇਮ ਕਰਨ ਦਾ ਰਹਿਣ ਵਾਲਾ ਰਾਮਗੜੀਆਂ ਦਾ ਮੁੰਡਾ ਭਾਈ ਮੋਹਰੀ, ਨਾਲ ਇਹ ਦਿੱਤਾ। ਸਤਿਗੁਰੂ ਨੇ ਆਖਿਆ ਵੀ ਉਹ ਕਿਲ੍ਹੇ ਵਿੱਚ ਤੁਸੀਂ ਜਾਓ, ਤੇ ਭਾਈ ਮੋਹਨ ਨੇ ਆਖਿਆ, ਕਹਿਣ ਲੱਗਾ, ਮਹਾਰਾਜ ਉਹਦੀਆਂ ਕੰਧਾਂ ਕੱਚੀਆਂ ਨੇ, ਹੈ ਵੀ ਛੋਟੀਆਂ, ਮਹਾਰਾਜ ਉਹ ਤੇ ਕਿਲ੍ਹੇ ਨੇ, ਪਲ ਨਹੀਂ ਝਲਣਾ ਦੁਸ਼ਮਣ ਦੀਆਂ ਤੋਪਾਂ ਦੇ ਗਾੜੀ। ਮੇਰੇ ਸਤਿਗੁਰੂ ਨੇ ਆਖਿਆ, ਕਹਿਣ ਲੱਗੇ, ਮੋਹਨ ਕੰਧਾਂ ਹੋਣ ਰੇਤ ਦੀਆਂ, ਕੰਧਾਂ ਹੋਣ ਮਿੱਟੀ ਦੀਆਂ, ਜੇ ਉਹਨਾਂ ਕੰਧਾਂ ਦੇ ਵਿੱਚ ਲੜਨ ਵਾਲੇ ਮਰਦ ਸੂਰਮੇ ਹੋਣ ਤੇ ਰੇਤ ਦੀਆਂ ਕੰਧਾਂ ਵੀ ਕੰਮ ਦੇ ਜਾਂਦੀਆਂ ਨੇ, ਕੰਧਾਂ ਹੋਣ ਲੋਹੇ ਦੀਆਂ, ਹੁਣ ਸੈਂਕੜੇ ਫੁੱਟ ਉੱਚੀਆਂ, ਉਹਨਾਂ ਕੰਧਾਂ ਦੇ ਵਿੱਚ ਲੜਨ ਵਾਲੇ ਜੇ ਬੰਦੇ ਡਰਪੋਕ ਤੇ ਕਾਇਰ ਹੋਣ, ਉਹ ਲੋਹੇ ਦੀਆਂ ਕੰਧਾਂ ਰੇਤ ਦੀਆਂ ਕੰਧਾਂ ਤੋਂ ਕਿਤੇ ਮਾੜੀਆਂ ਹੁੰਦੀਆਂ ਨੇ। ਉਹ ਬੰਦਾ ਜਾਵੇ ਜਿਹਨੂੰ ਮੌਤ ਦਾ ਭੈ ਨਹੀਂ, ਜਿਹਨੂੰ ਮੌਤ ਦਾ ਡਰ ਹੈ, ਉਹ ਕਿਲ੍ਹੇ ਦੇ ਵਿੱਚ ਨਾ ਜਾਵੇ। 25 ਸਿੰਘਾਂ ਨੇ ਸੱਤ ਕਰਤਾਰ ਦੇ ਜਕਾਰੇ ਛੱਡੇ, ਅਕਾਲ ਅਕਾਲ ਗੁੰਜਾਇਆ ਤੇ ਪਹੁੰਚ ਗਏ ਉਸ ਕਿਲ੍ਹੇ ਦੇ ਵਿੱਚ। ਫਿਰ ਮੀਰੀ ਪੀਰੀ ਦੇ ਮਾਲਕ ਨੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਤੇ ਪੈਂਦੇ ਖਾਨ ਨੂੰ ਸੱਦਿਆ, ਪੈਂਦੇ ਇੱਕ ਮੋਰਚੇ 'ਚ 25 ਘੱਲੇ ਤੇ ਜਿਹੜੇ ਦੂਜੇ ਮੋਰਚੇ ਦੀ ਚੋਣ ਕੀਤੀ ਉਹਦੇ ਵਿੱਚ 2 ਘੱਲੇ। 2 ਕਿਉਂ ਘੱਲੇ? 2 ਪਤਾ ਕਾਹਦੇ ਵਾਸਤੇ? ਮੇਰੇ ਸਤਿਗੁਰੂ ਨੇ 2 ਘੱਲੇ ਵੀ ਜਿਹੜੇ 2 ਲੱਗਾ ਨਾ ਘੱਲਣ, ਇਹ 2 ਚੌਣ ਤੇ ਕੱਲੇ 2 ਦੁਨੀਆਂ ਫਨਾਹ ਕਰਕੇ ਰੱਖ ਦੇਣ, ਦੁਨੀਆਂ ਜਿੱਤ ਲੈਣ, ਇੰਨਾ ਭਰੋਸਾ ਸੀ ਦਾਤੇ ਨੂੰ ਬਾਬਾ ਬਿਧੀ ਚੰਦ ਸਾਹਿਬ ਤੇ ਪੈਂਦੇ ਖਾਨ ਦੇ ਉੱਪਰ। ਹੱਥੀਂ ਪਾਲਿਆ, ਤੇ ਜਿਹੜੇ ਬਾਪੂ ਨੇ ਪੁੱਤ ਹੱਥੋਂ ਪਾਲਿਆ ਹੋਵੇ, ਉਹ ਬਾਪੂ ਨੂੰ ਪਤਾ ਹੁੰਦਾ ਮੇਰੇ ਪੁੱਤ ਦੇ ਡੌਲਿਆਂ 'ਚ ਕਿੰਨਾ ਕੁ ਜ਼ੋਰ ਹੈ। ਉਹ ਬਾਪੂ ਨੂੰ ਪਤਾ ਹੁੰਦਾ ਜਿਹਨੂੰ ਮੈਂ ਛਿੱਲ ਛਿੱਲ ਕੇ ਗਿਰੀਆਂ ਖਵਾਈਆਂ, ਜਿਹਨੂੰ ਮੱਝਾਂ ਦਾ ਕੱਚਾ ਦੁੱਧ ਚੁੰਘਾਇਆ, ਤੇ ਜਿਹੜਾ ਹੱਥ ਵਿੱਚ ਲੈ ਕੇ ਰੁਪਈਆ ਉਹਦੀ ਮੋਹਰ ਮਸਲ ਕੇ ਮਟਾ ਦਿੰਦਾ। 2 ਝੋਟੇ ਪਿੜਦੇ ਹੁਣ, 2 ਝੋਟੇ ਤੇ ਪੈਂਦੇ ਖਾਨ ਐਉ ਸਿੰਘਾਂ ਨੂੰ ਹੱਥ ਪਾ ਕੇ ਦੋਵੇਂ ਝੋਟੇ ਪਛਾਂ ਤੱਕ ਦਿੰਦਾ ਸੀਗਾ, ਇੰਨੀ ਤਾਕਤ ਸੀ। ਤੇ ਹੱਥ ਵਿੱਚ ਲੈ ਕੇ ਢਾਲ, ਤੇ ਪੈਂਦੇ ਖਾਨ ਦੋਵਾਂ ਹੱਥਾਂ ਨਾਲ ਢਾਲ ਪਕੜ ਕੇ ਜ਼ੋਰ ਦੀ ਮੋੜ ਕੇ ਢਾਲ ਨੂੰ ਐ ਵਿੰਗੀ ਕਰਕੇ ਰੱਖ ਦਿੰਦਾ ਸੀ, ਇੰਨਾ ਬਲ ਸੀਗਾ ਪੈਂਦੇ ਖਾਨ ਦੇ ਵਿੱਚ। ਮੇਰੇ ਸਤਿਗੁਰੂ ਨੂੰ ਪਤਾ ਸੀ ਜਿੱਥੇ ਪੈਂਦੇ ਖਾਂ ਖਲੋ ਗਿਆ ਉੱਥੇ 7,500 ਤੇ ਕੀ 7 ਲੱਖ ਵੀ ਮੁਲਖਈਆ ਪਾਰ ਨਹੀਂ ਆ ਸਕਦੇ।
ਮੇਰੇ ਦਾਤੇ ਨੇ ਦੋਨਾਂ ਨੂੰ ਕੱਲਿਆ ਪੁਤਲੀ ਘਰ ਵਾਲੇ ਪਾਸੇ ਇਧਰ ਆਣ ਕੇ ਮੋਰਚਾ ਬਣਾ ਲਿਆ ਬਾਬਾ ਬਿਧੀ ਚੰਦ ਸਾਹਿਬ ਤੇ ਪਹਿੰਦੇ ਖਾਨ ਨੇ ਤੇ ਮਹਾਰਾਜ ਸੱਚਖੰਡ ਹਰਿਮੰਦਰ ਸਾਹਿਬ ਗਏ ਅਰਦਾਸ ਕਰਨ ਜਦੋਂ ਵਾਪਸ ਆ ਰਹੇ ਨਾ ਰਸਤੇ ਦੇ ਵਿੱਚ ਇੱਕ ਬੰਦਾ ਤੁਰਿਆ ਜਾ ਰਿਹਾ ਉਹ ਆਮ ਇਨਸਾਨ ਨੇ ਉਹਦਾ ਆਪਾਂ ਸਵਈਆ ਪੜ੍ਹਦੇ ਹਾਂ ਸਵਈਆ ਜਦੋਂ ਆਪਾਂ ਪੜ੍ਹਦੇ ਨਾ ਸਵਈਆ ਤੇ ਸਤਿਕਾਰਯੋਗ ਖਾਲਸਾ ਜੀ ਉਹ ਆਪਾਂ ਸ਼ੁਰੂ ਕਰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇਹ ਸਵਈਏ ਦਾ ਉਚਾਰਨ ਕਰਨ ਵਾਲਾ ਪਾਠ ਕੀਰਤ ਇਹਨੇ ਆਖਿਆ ਮਹਾਰਾਜ ਅਰਦਾਸ ਬੇਨਤੀ ਕਰਕੇ ਮੈਦਾਨੇ ਜੰਗ ਚੱਲਿਓ ਮੇਰੇ ਦਾਤੇ ਨੇ ਆਖਿਆ ਹਾਂ ਪੱਟ ਕੀਰਤ ਨੇ ਆਖਿਆ ਮਹਾਰਾਜ ਬਹੁਤ ਕੁਝ ਤੁਸੀਂ ਕਲਮ ਦੇ ਕੋਲੋਂ ਲਿਖਵਾ ਲਿਆ ਹੁਣ ਮੇਰਾ ਜੀ ਕਰਦਾ ਵੀ ਇਹ ਕਲਮ ਤੁਸੀਂ ਆਪਣੇ ਦਸਤੇ ਮੁਬਾਰਕ ਵਿੱਚ ਲੈ ਲਓ ਤੇ ਮਹਾਰਾਜ ਇੱਕ ਸ੍ਰੀ ਸਾਹਿਬ ਕਰੇ ਮੇਰੇ ਹੱਥ ਵਿੱਚ ਦੇ ਦਿਓ ਮੇਰੇ ਦਾਤੇ ਨੇ ਪੱਟ ਕੀਰਤ ਨੂੰ ਥਾਪੜਾ ਦਿੱਤਾ ਉਹਨੇ ਆਖਿਆ ਤੇਰੇ ਵਰਗੇ ਲਖਾਰੀ ਜੇ ਤੇਰੇ ਵਰਗੇ ਵਿਦਵਾਨ ਹੱਥ ਵਿੱਚ ਤੇਗਾਂ ਪਕੜ ਲੈਣ ਤੇ ਕੌਮ ਦਾ ਭਲਾ ਹੋਵੇਗਾ ਹੀ ਜਦੋਂ ਕਲਮ ਦੀ ਲੋੜ ਉਦੋਂ ਕਲਮ ਚਲਾਓ ਬਾਬਾ ਦੀਪ ਸਿੰਘ ਨੇ ਕਲਮ ਦੀ ਲੋੜ ਸੀ ਜਿੰਨੀ ਚਲਾ ਦਿੱਤੀ ਲੇਕਿਨ ਜਦੋਂ ਕਲਮ ਤੋਂ ਕੰਮ ਲੰਘ ਗਿਆ ਫਿਰ ਮੇਰੇ ਬਾਬਾ ਦੀਪ ਸਿੰਘ ਨੇ ਦੋ ਤਾਰਾ ਖੰਡਾ ਚੁੱਕ ਲਿਆ ਜਿੰਨਾ ਚਿਰ ਕਲਮ ਦੀ ਲੋੜ ਕਲਮ ਚਲਾਓ ਜਦੋਂ ਕਲਮ ਦੀ ਲੋੜ ਨਾ ਪਵੇ ਤੇਗ ਦੀ ਲੋੜ ਹੋਵੇ ਉਹਦਾ ਤੇਗ ਚੁੱਕ ਲੈਣੀ ਚਾਹੀਦੀ ਸਤਿਕਾਰਯੋਗ ਬਾਬਾ ਬਿਧੀ ਚੰਦ ਸਾਹਿਬ ਪੈਂਦੇ ਖਾਨ ਤੁਰੇ ਇਧਰੋਂ ਮੇਰੇ ਦਾਤੇ ਨੇ ਪੱਟ ਕੀਰਤ ਨੂੰ ਥਾਪੜਾ ਦੇ ਕੇ ਤੁਰਿਆ ਸਤਿਕਾਰਯੋਗ ਖਾਲਸਾ ਜੀ ਮੇਰੇ ਸਤਿਗੁਰੂ ਲੱਗੇ ਤਿਆਰੀ ਕਰਨੇ ਉਹ ਦਿਨ ਸਨ ਜਦੋਂ ਬੀਬੀ ਵੀਰੋ ਜੀ ਦਾ ਸ਼ੁਭ ਵਿਆਹ ਹੋਣਾ ਸੀ ਉਹ ਸਤਿਕਾਰਯੋਗ ਭਾਈ ਧਰਮੇ ਦੇ ਪੁੱਤਰ ਸਾਧੂ ਜੀ ਦੇ ਨਾਲ ਤੇ ਬਰਾਤ ਆਉਣੀ ਸੀ ਅੰਮ੍ਰਿਤਸਰ ਮੇਰੇ ਦਾਤੇ ਨੇ ਅਗਾਂਹ ਦੋ ਬੰਦੇ ਘੱਲੇ ਮਾਲਵੇ ਤੋਂ ਬਰਾਤ ਆਉਣੀ ਹੈ ਮੇਰੇ ਸਤਿਗੁਰੂ ਨੇ ਆਖਿਆ ਅਗਲਵੇਂ ਦੀ ਘੇਰ ਕੇ ਉਹਨਾਂ ਨੂੰ ਕਿਹਾ ਬਰਾਤ ਅੰਮ੍ਰਿਤਸਰ ਨਾ ਆਵੇ ਬਰਾਤ ਭਾਈ ਲੰਗਾਹ ਦੇ ਘਰ ਵਿੱਚ ਆਵੇ ਭਾਈ ਲੰਗਾਹ ਬੜਾ ਵੱਡਾ ਸਖੀ ਸਰਵਰੀਆ ਵੀ ਹੋਇਆ ਇਹਦੇ ਸਰੀਰ ਨੂੰ ਰੋਗ ਲੱਗ ਗਿਆ ਮੈਂ ਇੱਕ ਬੇਨਤੀ ਕਰਦਾ ਕੋਈ ਦੁੱਖ ਰੋਗ ਹੋਵੇ ਨਾ ਕੋਈ ਡਾਕਟਰ ਨਾ ਸਹੀ ਕਰ ਸਕੇ ਆ ਵੈਦ ਕੋਲ ਆ ਜਾਇਆ ਕਰੋ ਮੇਰਾ ਵੈਦ ਗੁਰੂ ਗੋਬਿੰਦਾ ਇਹ ਉਹ ਗੁਰੂ ਕਲਗੀ ਤੋਂ ਬਾਬੇ ਨਾਨਕ ਦਾ ਦਰ ਹੈ ਵੈਦਾਂ ਦਾ ਵੈਦ ਇੱਥੇ ਆ ਜਾਇਆ ਕਰੋ ਭਾਈ ਲੰਗਾਹ ਮਹਾਰਾਜ ਦੇ ਚਰਨਾਂ ਵਿੱਚ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਰਦਾਸ ਬੇਨਤੀ ਕੀਤੀ ਦਵਾਈ ਬੂਟੀ ਕੀਤੀ ਤੇ ਅਰੋਗ ਹੋ ਗਿਆ ਤੇ ਨਿਯਮ ਪਤਾ ਕੀ ਬਣਾਇਆ ਰੋਜ਼ ਚਾਟੀ ਵਿੱਚ ਦਹੀਂ ਪਾਉਣਾ ਮਹਾਰਾਜ ਚਬਾਲੋ ਤੁਰਨਾ ਤੇ ਤਰਨ ਤਾਰਨ ਜਾ ਕੇ ਮਹਾਰਾਜ ਦਾ ਇਸ਼ਨਾਨ ਕਰਵਾਉਣਾ ਇੱਕ ਦਿਨ ਮਹਾਰਾਜ ਨੇ ਵੇਖਿਆ ਵੀ ਵੇਖੀਏ ਕਿੰਨਾ ਕੁ ਪੱਕੇ ਪੈ ਗਿਆ ਭਲਾ ਕੱਚਾ ਤੇ ਨਹੀਂ ਇਹ ਗਿਆ ਦਹੀਂ ਲੈ ਕੇ ਤਰਨ ਤਾਰਨ ਮਹਾਰਾਜ ਆ ਗਏ ਠੱਠੀ ਖਾਰੇ ਇਹ ਆਇਆ ਠੱਠੀ ਖਾਰੇ ਮਹਾਰਾਜ ਆ ਗਏ ਅੰਮ੍ਰਿਤਸਰ ਇਹ ਆਇਆ ਅੰਮ੍ਰਿਤਸਰ ਸਤਿਗੁਰੂ ਚਲੇ ਗਏ ਚਬਾਲ ਇਹ ਗਿਆ ਚਬਾਲ ਸਤਿਗੁਰੂ ਆ ਗਏ ਠੱਠੀ ਖਾਰੇ ਇਹ ਆਇਆ ਠੱਠੀ ਖਾਰੇ ਤੇ ਸ਼ਾਮਾਂ ਪੈ ਗਈਆਂ ਮਹਾਰਾਜ ਚਲੇ ਗਏ ਤਰਨ ਤਾਰਨ ਸਵੇਰ ਦਾ ਤੁਰਿਆ ਸ਼ਾਮਾਂ ਨੂੰ ਚਲੇ ਗਿਆ ਮੇਰੇ ਸਤਿਗੁਰੂ ਨੇ ਇੱਕ ਨਾ ਲਾ ਕੇ ਆਖਿਆ ਲੰਗਾਹ ਤੇਰੀ ਧਨ ਕਮਾਈ ਤੇਰੀ ਧਨ ਕਮਾਈ ਨਿਹਾਲ ਪਇਓ ਨਿਹਾਲ ਪਇਓ ਨਿਹਾਲ ਪਇਓ ਇਹ ਤੇ ਸੀਗਾ ਉਹਦਾ ਇੱਕ ਪੱਖ ਹੁਣ ਮੈਂ ਦੂਜੇ ਪੱਖ ਦੀ ਬੇਨਤੀ ਕਰਦਾ ਕਾਬਲ ਤੋਂ ਚੱਲਿਆ ਇੱਕ ਸੁਦਾਗਰ ਕੋਈ 150-200 ਘੋੜਾ ਲੈ ਕੇ ਵਪਾਰ ਕਰਨਾ ਸੀ ਦਿੱਲੀ ਘੋੜੇ ਲੈ ਕੇ ਜਾਣੇ ਸੀ ਇਹ ਆ ਗਿਆ ਜਦੋਂ ਤਰਨ ਤਾਰਨ ਦੇ ਲਾਗੇ ਇਹਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਆਖਿਆ ਮਹਾਰਾਜਾ ਮੇਰੇ ਕੋਲ ਘੋੜੇ ਨੇ ਤੇ ਆ ਜ਼ਮੀਨ ਜਾਇਦਾਦ ਤੁਹਾਡੇ ਚੌਧਰੀ ਦੀ ਲੱਗਦੀ ਹੈ ਤੇ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰੋ ਮੈਨੂੰ ਥੋੜ੍ਹੀ ਜਿਹੀ ਪੈਲੀ ਦੇ ਦੇਵੇ ਮੈਂ 15-20 ਦਿਨ ਘੋੜੇ ਬੰਨਣੇ ਨੇ ਮੁੜ ਕੇ ਮਹਾਰਾਜ ਮੈਂ ਲੈ ਜਾਣੇ ਸਤਿਗੁਰੂ ਨੇ ਗੁਰੂ ਅਰਜਨ ਦੇ ਮਹਾਰਾਜ ਨੇ ਸੱਦਿਆ ਲੰਗਾਹ ਨੂੰ ਲੰਗਾਹ ਆ ਸੁਦਾਗਰ ਨੂੰ 2-4 ਦਿਨ ਆਪਣੀ ਜ਼ਮੀਨ ਦੇ ਦੇ ਇਹ ਘੋੜੇ ਖੋਲ ਕੇ ਲੈ ਜਾਵੇਗਾ ਜ਼ਮੀਨ ਫੇਰ ਤੇਰੀ ਉਹਨੇ ਆਖਿਆ ਮਹਾਰਾਜ ਮੇਰੀ ਬੇਨਤੀ ਹੈ ਵੀ ਜੱਟ ਧੀਆਂ ਪੁੱਤਾਂ ਨੂੰ ਉਹਨਾਂ ਪਿਆਰ ਨਹੀਂ ਕਰਦਾ ਜਿੰਨਾ ਜ਼ਮੀਨ ਨੂੰ ਪਿਆਰ ਕਰਦਾ ਜੱਟ ਤੇ ਵੱਟ ਤੋਂ ਭਰਾ ਦਾ ਕਤਲ ਕਰਕੇ ਰੱਖ ਦਿੰਦਾ ਮਹਾਰਾਜ ਮੈਂ ਤੇ ਦਾਤਰੀ ਤੇ ਪਾਉਣ ਜੋਗੀ ਮਿੱਟੀ ਵੀ ਨਹੀਂ ਦੇ ਸਕਦਾ ਮਹਾਰਾਜ ਨੇ 3-4 ਵਾਰੀ ਕਿਹਾ ਨਾ ਮੰਨਿਆ ਮੇਰੇ ਸਤਿਗੁਰੂ ਕਹਿੰਦੇ ਲੰਗਾ ਜਾਂ ਮੜੀ ਤੇਰੀ ਵੀ ਤੇਰੀ ਰਿਆਸਤ ਵਿੱਚ ਨਹੀਂ ਬਣੇਗੀ ਮੁੜ ਕੇ ਐਂਡ ਤੇ ਜਾ ਕੇ ਇਹਦੇ ਦਿਮਾਗ 'ਚ ਫਰਕ ਪੈ ਗਿਆ ਆਓ ਢਿਲਵਾਂ ਪਿੰਡ ਜਿਹੜਾ ਦੁਆਬੇ ਵਿੱਚ ਪੈਂਦਾ ਉੱਥੇ ਜਾ ਕੇ ਫਿਰ ਅੰਤਮ ਸਮੇਂ ਲੰਗਾਹ ਨੇ ਆਪਣਾ 5 ਭੂਤਕ ਸਰੀਰ ਤਿਆਗਿਆ ਉਦੋਂ ਇੱਕ ਰਿਵਾਜ ਸੀ ਵੀ ਜਿਹੜੇ ਪਿੰਡ ਵਿੱਚ ਦੂਜਾ ਬੰਦਾ ਆਣ ਕੇ ਮਰ ਜਾਵੇ ਉਸ ਪਿੰਡ ਦੀ ਅੱਧੀ ਜਾਇਦਾਦ ਦਾ ਮਾਲਕ ਉਹਦਾ ਪਿੱਛੇ ਪਰਿਵਾਰ ਹੁੰਦਾ ਸੀ ਇਹ ਢਿਲਵੀਂ ਜਾ ਕੇ ਜਦੋਂ ਵਿਚਾਰਾ ਸੁਰਗਵਾਸ ਹੋਇਆ ਇਹਨਾਂ ਨੂੰ ਪਤਾ ਲੱਗਾ ਵੀ ਇਹ ਤੇ ਚੌਧਰੀ ਇਹਦੇ ਧੀਆਂ ਪੁੱਤਾਂ ਨੂੰ ਪਤਾ ਲੱਗ ਗਿਆ ਜ਼ਮੀਨ ਤੇ ਕਬਜ਼ਾ ਕਰਨ ਉਹਨਾਂ ਲਾਸ਼ ਚੁੱਕੀ ਲਾਗਲੇ ਪਿੰਡ 'ਚ ਸੁੱਟ ਦਿੱਤੀ ਉਹਨਾਂ ਰਾਤ ਚੁੱਕੀ ਫਿਰ ਢਿਲਵੀਂ ਇਹਨਾਂ ਮੁੜ ਕੇ ਪਿੰਡਾਂ ਨੇ ਵਿਚਾਰ ਕੀਤੀ ਵੀ ਆਪਣਾ ਇਸ ਤਰ੍ਹਾਂ ਖੁਰਦ ਬੁਰਦ ਨਾ ਕਰੀਏ ਇਹਨੂੰ ਬਿਆਸਾ ਦਰਿਆ ਵਿੱਚ ਇਹਦੀ ਬਣਾ ਕੇ ਨਾ ਚਿਖਾ ਤਿਆਰ ਕਰਕੇ ਇਹਦਾ ਅੰਤਮ ਸੰਸਕਾਰ ਕਰੀਏ ਅੰਤਮ ਸੰਸਕਾਰ ਕੀਤਾ ਪਾਣੀ ਆਇਆ ਉਹ ਸਾਰੀ ਚਿਖਾ ਰੋੜ ਕੇ ਲੈ ਗਿਆ
भाई लंगा दी हवेली वेच होवेगा सतकार जो खालसा जी परिवार इहनू तोरिया गया इधरले पासे 7,500 मुलखिया लैके तुरिया मुखलस खान अली अली दे मारे नारे अल्लाहू अकबर दे छड के नारे आ जिथे खालसा कॉलेज बनिया होया है इस जगह ते आया मुखलस खान हुण दुपहरा टलिया होया सीगा तिखर दुपहर विद्वान कहिंदे जेठ दा महीना सन 1628 ईस्वी तिखर लगी दुपहर खालसा कॉलेज दे लागों करके तैयारी जिवें मीरी पीरी दे मालक ते हमला लगा करन ओ साके दीआं लाइनां ने वेला बाद दोपहर दा दिन लथा था
ਜਿੱਤੇਗਾ ਜਿੱਤੇਗਾ ਸਾਹਿਬ ਜਿਸ ਵੱਲੇ ਮੂਲਾ ਸਿੰਘਾ ਖਾਨ ਨੇ ਆਪਣੇ ਵੱਲੋਂ ਛਮਛ ਖਾਨ ਨੂੰ ਮੈਦਾਨੇ ਜੰਗ ਵਿੱਚ ਕਲਿਆ। ਮਹਾਰਾਜ ਨੇ ਸਿੱਖ ਜਰਨੈਲਾਂ ਵੱਲੇ ਵੇਖਿਆ ਮੈਦਾਨੇ ਜੰਗ ਵਿੱਚ ਕੌਣ ਜਾਵੇਗਾ। ਭਾਈ ਪਾਨੇ ਨੇ ਆਖਿਆ ਮਹਾਰਾਜ ਜਿਹਨੂੰ ਸੈਨਾਪਤੀ ਬਣਾਇਆ ਮੈਦਾਨੇ ਜੰਗ ਵਿੱਚ ਉਹ ਜਾਵੇਗਾ, ਤੁਸੀਂ ਆਗਿਆ ਬਖਸ਼ੋ, ਅਸੀਸਾਂ ਦਿਓ ਸਤਿਗੁਰ। ਇੱਕ ਬੰਨਿਓ ਛਮਛ ਖਾਂ ਵਧਿਆ, ਦੂਜੇ ਬੰਨਿਓ ਭਾਈ ਪਾਨਾ ਵਧਿਆ। ਮੁੱਕਦੀ ਗੱਲ, ਭਾਈ ਪਾਨਾ ਜੀ ਵਾਰ ਕਰਦੇ ਨੇ, ਸ਼ਮਸ਼ ਖਾਂ ਰੋਕਦਾ। ਆਖਰ ਭਾਈ ਪਾਨਾ ਜੀ ਨੇ ਪੱਥੇ ਵਿੱਚੋਂ ਕੱਢ ਕੇ ਤੀਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਲੈ ਕੇ ਓਟ ਆਸਰਾ ਜਦੋਂ ਕੰਨਾਂ ਤੱਕ ਖਿੱਚ ਕੇ ਤੰਦੀ ਮੱਥੇ ਦਾ ਨਿਸ਼ਾਨਾ ਲੈ ਕੇ ਤੀਰ ਛੱਡਿਆ, ਸਤਿਕਾਰਯੋਗ ਖਾਲਸਾ ਜੀ, ਤੀਰ ਸੁੱਕਾ ਹੀ ਮੱਥੇ ਦੇ ਵਿੱਚੋਂ ਦੀ ਪਾਰ ਹੋ ਗਿਆ, ਛਮਛ ਖਾਂ ਮਾਰਿਆ ਗਿਆ। ਭਾਈ ਪਾਨਾ ਜੀ ਨੂੰ ਘੇਰਾ ਪਾਇਆ ਗਿਆ, ਲੜਦਿਆਂ ਲੜਦਿਆਂ ਭਾਈ ਪਾਨਾ ਜੀ ਸ਼ਹੀਦ ਹੋ ਗਏ। ਹੁਣ ਸੁਲਤਾਨ ਬੇਗ ਮੈਦਾਨੇ ਜੰਗ ਵਿੱਚ ਆਇਆ, ਕੌਣ ਜਾਵੇਗਾ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਆਖਿਆ ਮਹਾਰਾਜ ਮੈਨੂੰ ਆਗਿਆ ਬਖਸ਼ੋ। ਮੈਦਾਨੇ ਜੰਗ ਵਿੱਚ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਗਏ, ਲੜਦਿਆਂ ਲੜਦਿਆਂ ਸੁਲਤਾਨ ਬੇਗ ਮਾਰਿਆ ਗਿਆ, ਬਾਬਾ ਬਿਧੀ ਚੰਦ ਸਾਹਿਬ ਜੀ ਜਿੱਤੇ। ਇਹ ਲੜਾਈ ਆ ਰਾਮ ਤੀਰਥ ਦੇ ਕਲਰਾਂ ਲਾਗੋਂ ਸ਼ੁਰੂ ਹੋਈ, ਖਾਲਸਾ ਕਾਲਜ ਲਾਗੇ ਜਿੱਥੇ ਅੱਜ ਬਣਿਆ ਇੱਥੋਂ ਤੱਕ ਇਹ ਲੜਾਈ ਚੱਲਦਿਆਂ ਚੱਲਦਿਆਂ ਲੋਹਗੜ੍ਹ ਦੇ ਕਿਲ੍ਹੇ 'ਤੇ ਹਮਲਾ ਕੀਤਾ ਮੁਖਲਸ ਖਾਨ ਨੇ। ਲੋਹਗੜ੍ਹ ਦਾ ਕਿਲ੍ਹਾ, ਉਹਦੇ ਵਿੱਚ 25 ਸਿੱਖ ਸੀ, ਲੜਦਿਆਂ ਲੜਦਿਆਂ ਸ਼ਹੀਦ ਹੋ ਗਏ। ਇੱਥੋਂ ਟੱਪੀ ਫੌਜ, ਇਹ ਆ ਗਈ ਗੁਰੂ ਰਾਮਦਾਸ ਮਹਾਰਾਜ ਦੀਆਂ ਪਰਕਰਮਾਂ ਵਿੱਚ, ਇਹਨਾਂ ਨੇ ਆਣ ਕੇ ਖਰੂਦ ਮਚਾਇਆ, ਕੁਝ ਸਿੱਖ ਇੱਥੇ ਸ਼ਹੀਦ ਕੀਤੇ ਗਏ, ਇੱਥੋਂ ਫੌਜ ਨਿਕਲੀ। ਮਹਾਰਾਜ ਨੇ ਸੋਚਿਆ ਵਸੋਂ ਵਿੱਚ ਇਹ ਜੰਗ ਨਹੀਂ ਹੋਵੇਗੀ, ਜਿੱਥੇ ਆਮ ਲੋਕ ਵੱਸਦੇ ਨੇ, ਲਾਗੇ ਲਾਗੇ ਲੋਕਾਂ ਦੇ ਘਰ ਨੇ, ਇੱਥੇ ਜੰਗ ਨਹੀਂ ਹੋਵੇਗੀ। ਸਿੱਖਾਂ ਨੇ ਆਖਿਆ ਮਹਾਰਾਜ ਫਿਰ ਕਿਵੇਂ ਕਰੀਏ, ਜਿੱਥੇ ਅੱਜ ਆ ਚੱਬਾ ਪਿੰਡ ਆਪਾਂ ਤਰਨ ਤਾਰਨ ਵੱਲੋਂ ਜਾਈਏ, ਚੱਬਾ ਪਿੰਡ ਲੰਘੀ ਦਾ, ਬਾਬਾ ਨਵ ਸਿੰਘ ਦੀ ਜਗ੍ਹਾ ਲੰਘੋ, ਇਸੇ ਹੱਥ ਥੋੜ ਦੋ ਕੁ ਪੈਲੀਆਂ ਅੱਗੇ ਜਾ ਕੇ ਇੱਕ ਗੇਟ ਬਣਿਆ, ਉਹਦੇ ਤੇ ਲਿਖਿਆ ਗੁਰਦੁਆਰਾ ਸੰਗਰਾਣਾ ਸਾਹਿਬ। ਇਹ ਜਿੱਥੇ ਅੱਜ ਗੁਰਦੁਆਰਾ ਸੰਗਰਾਣਾ ਸਾਹਿਬ ਹੈ, ਇਸ ਜਗ੍ਹਾ ਤੇ ਮੀਰੀ ਪੀਰੀ ਦੇ ਮਾਲਕ ਆਏ, ਤਿਆਰ ਬਰ ਤਿਆਰ ਹੋਏ। ਪਹਿਲੀ ਮੁੱਠ ਭੇੜ ਹੋਈ ਮੁਖਲਸ ਖਾਂ ਦੀ, ਹਾਰ ਹੋਈ, ਸਤਿਗੁਰੂ ਜਿੱਤੇ। ਦੂਜਾ ਹੱਲਾ ਕੀਤਾ ਮੁਖਲਸ ਖਾਂ, ਫਿਰ ਆ ਰਿਹਾ, ਸਤਿਗੁਰੂ ਜਿੱਤੇ। ਮੁਖਲਸ ਖਾਂ ਨੇ ਆਖਿਆ ਗੱਲ ਇਸ ਤਰ੍ਹਾਂ ਨਹੀਂ ਬਣਨੀ, ਹੁਣ ਇੱਕ ਚਾਲ ਚੱਲਣੀ ਪਵੇਗੀ। ਇਹਨੇ ਆਵਾਜ਼ ਦੇ ਕੇ ਆਖਿਆ ਪੀਰੇ ਹਿੰਦ, ਮੇਰੇ ਦਾਤੇ ਨੇ ਸੁਣਿਆ। ਮੁਖਲਸ ਖਾਂ ਨੇ ਆਖਿਆ ਹਰਗੋਬਿੰਦ ਤੂੰ ਆਪਣੀ ਫੌਜ ਦਾ ਸਿਪਾ ਸਲਾਰ ਤਾਂ ਮੈਂ ਆਪਣੀ ਫੌਜ ਦਾ ਸਿਪਾ ਸਲਾਰ, ਨਾ ਬਗਾਨੇ ਪੁੱਤ ਤੂੰ ਮਰਵਾ, ਨਾ ਬਗਾਨੇ ਪੁੱਤ ਮੈਂ ਮਰਵਾਵਾਂ, ਜੇ ਤੇਰੀ ਛਾਤੀ ਵਿੱਚ ਬਲ ਹੈ ਤੇ ਮੈਦਾਨੇ ਜੰਗ ਵਿੱਚ ਆ ਪਾ। ਮੇਰੇ ਸਤਿਗੁਰੂ ਹੱਸ ਪੈ ਖਿੜ ਖੜਾ, ਲਾਗੇ ਖਲੋਤਾ ਭਾਈ ਤਲੋਕਾ, ਉਹਨੇ ਆਖਿਆ ਮਹਾਰਾਜ ਦੁਸ਼ਮਣ ਵੰਗਾਰ ਦਾ ਤੁਸੀਂ ਹੱਸੇ ਕਿਉਂ। ਮਹਾਰਾਜ ਨੇ ਜਵਾਬ ਦੇ ਕੇ ਆਖਿਆ ਭਾਈ ਤਲੋਕਿਆ ਤੈਨੂੰ ਹਾਸੇ ਦਾ ਕਾਰਨ ਦੱਸਦੇ, ਵੀ ਹਾਸੇ ਦਾ ਕੀ ਕਾਰਨ ਹੈ। ਭਾਈ ਤਲੋਕਾ ਸੁਣ ਰਿਹਾ, ਭਾਈ ਤੋਤਾ ਸੁਣ ਰਿਹਾ। ਮੇਰੇ ਦਾਤੇ ਨੇ ਆਖਿਆ ਮੁਖਲਸ ਖਾਨ ਇਹ ਬਾਬੇ ਨਾਨਕ ਦਾ ਦਰ ਹੈ ਤੇ ਬਾਬੇ ਨਾਨਕ ਦੀ ਜੋਤ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਜੋਤ, ਉਹ ਜੁਗਤ ਸਾਹਿਬ ਸਹਿਕਾਇਆ ਫਿਰ ਪਲਟ ਗਿਆ। ਮੇਰੇ ਸਤਿਗੁਰੂ ਨੇ ਆਖਿਆ ਮੁਖਲਸ ਖਾਨ ਇੱਥੇ ਕੋਈ ਬੀਬੀ ਆਵੇ ਝੋਲੀ ਫੈਲਾ ਕੇ ਦੁੱਧ ਦੀ ਦਾਤ ਮੰਗੇ ਤੇ ਬਾਬੇ ਨਾਨਕ ਦਾ ਦਰ ਦੁੱਧ ਪੁੱਤ ਦੇ ਕੇ ਤੋਰਦਾ ਹੈ। ਇੱਥੇ ਕੋਈ ਰਾਜ ਭਾਗ ਮੰਗੇ ਰਾਜ ਭਾਗ ਮਿਲਦਾ, ਕੋਈ ਮੁਕਤੀ ਮੰਗੇ ਇੱਥੇ ਮੁਕਤੀ ਮਿਲਦੀ ਹੈ। ਤੂੰ ਬਾਬੇ ਨਾਨਕ ਦੇ ਦਰ ਤੇ ਆਣ ਕੇ ਮੌਤ ਮੰਗੀ ਹੈ ਮੀਰੀ ਪੀਰੀ ਦੇ ਮਾਲਕ ਦੇ ਕੋਲੋਂ, ਤੇ ਅਸੀਂ ਐਡੇ ਵੀ ਗੈ ਗਵਾਤੇ ਨਹੀਂ ਵੀ ਤੇਰੀ ਝੋਲੀ ਵਿੱਚ ਮੌਤ ਨਾ ਪਾਈਏ। ਇੱਥੇ ਤੇ ਜੋ ਮੰਗੇਗਾ ਉਹ ਮਿਲਦਾ, ਮੰਗਿਆ ਪਤਾ ਕੀ ਕਰੋ, ਮੰਗ ਨਾ ਮੰਗ ਨਿਕਾ ਹਰ ਜਸ ਗੁਰ ਤੇ ਮੰਗਣਾ, ਜਿਹਨੇ ਗੁਰੂ ਨੂੰ ਮੰਗ ਲਿਆ ਫਿਰ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਏ, ਜਿਹਨੇ ਗੁਰੂ ਨੂੰ ਮੰਗ ਲਿਆ ਪਿੱਛੇ ਕੀ ਰਹਿ ਗਿਆ। ਮੇਰੇ ਦਾਤੇ ਨੇ ਆਖਿਆ ਮੁਖਲਸ ਖਾਂ ਤੂੰ ਮੌਤ ਮੰਗੀ ਹੈ ਤੈਨੂੰ ਮੌਤ ਮਿਲੇਗੀ, ਕੱਲਾ ਜਾਵੇਂਗਾ। ਮੁਖਲਸ ਖਾਂ ਨੇ ਆਖਿਆ ਕੱਲਾ ਜਾਵੇਂਗਾ। ਵਧਿਆ ਘੋੜਾ ਛੇੜ ਕੇ ਗਾਜੀ ਅਲ ਮੁੱਲਾ, ਉਹਦੇ ਸਿਰ ਤੇ ਚੀਰਾ ਅਥਰੀ ਫੌਲਾਦੀ ਕੁੱਲਾ, ਉਹਨੇ ਸੁੱਤ ਕੇ ਸੁੱਟ ਸੁੱਟਿਆ ਫੌਲਾਦੀ ਕੁੱਲਾ, ਉਹਨੇ ਫੌਜਾਂ ਪਿਛਾਂ ਹਟਾ ਕੇ ਪਿੜ ਕਰ ਲਿਆ ਖੁੱਲਾ। ਇੱਕ ਬੰਨੇ ਮੀਰੀ ਪੀਰੀ ਦਾ ਮਾਲਕ, ਦੂਜੇ ਬੰਨੇ ਮੁਖਲਸ ਖਾਨ। ਮੇਰੇ ਸਤਿਗੁਰੂ ਨੇ ਆਖਿਆ ਮੁਖਲਸ ਖਾਨ ਇਹ ਸਾਡੀ ਜ਼ਿੰਦਗੀ ਦੀ ਪਹਿਲੀ ਜੰਗ ਹੈ, ਤੇ ਸਤਿਕਾਰਯੋਗ ਖਾਲਸਾ ਜੀ
किले का आप जी पता लग गया जी उस किले पहली तोप बनी ना तोप ओदे जाके आप भी दर्शन करायो ते अपने बच्चों भी करायो वो तोप है बेरी दी लकड़ दी बेरी दी वह बनाई वह खेम करन दा रहन वाला भाई मोहरी रामगढ़िया का मुंडा उन्हें आख्या महाराज किला ते आ गया तोपा भी चाहिए दुश्मन तोपा लेके आया महाराज ने आख्या तेनों पता तोपा किवें बनदिया कहना महाराज पता सतगुरु ने आख्या तेनों पता ही नहीं तोप एक बनाउणी होवे ते मना मुई कैं चाहीदा है जिस्त चाहीदी है कली चाहीदी है तांबा चाहीदा है पित्तल चाहीदा है सरब लोहा चाहीदा है ए तांता हुण ते उहनूं ढाल के तोप बणदी कहिंदा महाराज इन्नियां तांतां दी मैं बनावां ना तोप ते उहदे ते तुहाडी दृष्टि ना पवे उहदे ते तुसीं अपना हाथ ना रखो ते उह तोप सतगुरु सच्चे पातशाह सुक्कियां तीलियां नूं वी ज्यादी माड़ी मैं बनावा लकड़ दी तोप कोट आसरा लवां तेरे चरणा दा उहदे ते तुसीं रख दिओ हाथ ते महाराज तोप पूरी दुनिया फतेह कर सकदी है फिर बेरी दी लकड़ दी तोप बनाई सन्मान जो खालसा जी है तोप वो लोहगढ़ दे किले विच अज भी मौजूद है जाके दर्शन करियो इधर मीरी पीरी दे मालक ने आख्या साडी जिंदगी दा पहला युद्ध है असीं कुछ निजम बनाउणे ना ते पहलों वार करना ना डिगे ठठे ते करना ना बजुर्ग ते ना शरण पए ते ना भजे जांदे ते ते ना पिठ विच वार करना है साडी जिंदगी दा पहला युद्ध है ते पहलों वार तूं करेगा वार करेगा तिन ते मैं करांगा तेरे ते इक ते मुखल सखान होए सी पे मैं तिन करने ने गुरु ने एक करना मैं लोहे दी संजोह विच मरिया पिया गुरु दी की मेरा बगाड़ेगा इन्हे तीन वार किते महाराज ने टाला गाड़ी किया टाले ते इहदी तलवार पई इन्हे दूजा वार किया महाराज ने टाला किया इन्हे मरदा जे जी नाल जदों तीजा वार सुटिया मेरे सतगुरु ने गाड़ी टाला किया इहदे तिन्ने वार खाली गए मेरे सतगुरु ने आख्या मुखल सखान बस हुण वारी साडी है हुण एक वार मैं तेरे ते करना है अजे महाराज ने ना ते कोई तलवार बेमियान की ना दो धारा खंडा हाथ विच फड़िया पत्थे दे विचों तीर शोर मचाउंदे ने महाराज सानू कढ पत्थे विचों एक वारी चाड़ महाराज तंदी ते असीं दसीए मुखलस खान सतगुरु दी मीरी दी श्री साहिब म्यान विचों बाहर आउणा चाहुंदी है महाराज ने ना ते मीरी दी श्री साहिब कढी ना पीरी दी ना तीरां नूं छेड़िया मेरे सतगुरु दे हाथ विच पकड़िया होया दो धारा खंडा मेरा गरीब नवाज पातशाह महाराज ने आख्या मुखल सखान हुण तेरे ते इक वार करना जरा बच के दसी मेरा गरीब नवाज पातशाह ने दो धारा खंडा म्यान विचों सर करके कढ़िया बार अकाल अकाल गजा के मुखल सखान दे सिर विच मेरे सतगुरु ने भरवां वार देख वैरियां दे सीने टंग दिए
दर्शन करने हो अमृतसर जाते हो केंद्रीय सिख अजायब घर एक संजो टंगी है वो जाके कि वेखियो भी संजो कैसी होंगी है सिर तो लैके अद तड़ तक उस संजो मड़िया ते घोड़े ते बैठा दंदियां जिहा कढ़ रहा भी ये गुरु का वार की करेगा पर इहनू ये नहीं सी पता भी जिहड़ा वार आण के पैणा है मीरी पीरी दे मालक गुरु हरगोबिंद साहिब जी का पैणा दो तारा खंडा
महाराज ने खंडा दोवां हाथां विच नहीं लिया, एक हाथ विच खंडा लिया, आकाश विच महाराज ने लहराया। मुखलस खान नूं ऐं लगा जिवें आसमानी बिजली टुट के पैन लगी। महाराज ने इत्थे खड़ के खंडा गरीब नवाज सतगुरु महाराज ने मथे ते पा के त्यूड़ी, गरीब नवाज गुरु हरगोबिंद साहब ने परमा वार किया, दो तारे खंडे दे नाल दो टुकड़े किए, संजो भी पात गई, संजो भी टुकी गई, ते दो टोटे करके एक टुकड़ा सजे पासे दूजा खबे पासे। इत्थे गल नहीं मुकी, इतिहासकार कहिंदे ने मीरी पीरी दे मालक ने एडी जोर नाल वार किया, घोड़े की काठी का हरना वट के रख दिता। महाराज जेड़े दुश्मन वेंदे सन उन्होंने दंदा थले जबान लैके टुकी। इन्ना बली मीरी पीरी का मालक गुरु हरगोबिंद साहब सचे पातशाह इन्ने बली सन। दो बंदे महाराज का जोर करवाउंदे सी खाड़े विच, दो बंदे तां वी उह हंब जांदे सी, लेकिन गुरु हरगोबिंद साहब सचे पातशाह महाराज का कोई खाड़े विच जोर नहीं सी करवा सकदे। मेरे दाते ने मुखलस खान वड्या, जदों सिपाहियां ने वेख्या जरनैल मरदा सिर ते रखे पैर लाहौर नूं दौड़ गए। ये पहली जंग है 1628 दी, महाराज ने जिहड़ी लड़ी ते जीती। जदों बदो बदी कले घर आण के पै जावे फिर कई वारी मजबूर लड़नी पैंदी, ये मेरे दाते ने जंग जीती। एक वारी मीरी पीरी दे मालक दे मुबारक चरणा दा ध्यान करके कहो सतनाम श्री वाहिगुरु। समा समाप्त है, फिर उहदे तों बाद महाराज ने अपनी धी का शुभ आनंद कार्ज किया। फिर तरन तारण तो गोइंदवाल रहे, गोइंदवाल तो महाराज गांह गए। हर गोबिंदपुरे की दूजी जंग हुंदी है, अगां गां की होया इतिहास लंबेरा है। गुरु ग्रंथ साहिब महाराज जी का कोटानकोट शुक्र है समुचे प्रबंधक जना का, मेरे नौजवान वीर का, बजुर्गों का, भैणा मातावान का, कोई जोड़े घर विच, कोई लंगर हाल विच, कोई भैन लंगर पकाउण की सेवा कर रही है, कोई भैन जूठे बर्तना की सेवा कर रही, ये सेवा अंजाई नहीं जानी। सेवा तो कितने एक मिनट की लेखे लग जाए तो मेरा गुरु साढ़े पाप धो के रख देता है। महाराज दया करे, आप संगत इन्हां होले महल्ले के दीवाना विच प्रबंधकों को बड़ा संजोग देंदे। आ सब तो वड्डा संजोग हुंदा कि साढ़े छे हो गए ने, साढ़े छे बज गए ने, आप गुरु की संगत मेरिया भैणा मातावां चौंकड़े मार के बैठे हो। महाराज तुहाडे सिर ते मेहर भरिया हाथ रखे मेरा सतगुरु, इन्नियां कु बेनतियां प्रवान करनियां जी, होईयां बेअंत भुल्लां चुक्कां दी खिमा। एक ना बच्चे का अपरेट होया तेज वीर सिंह, वह वाकरना तुरदा है, ते सत्कार जो खालसा जी वीर जी हुणी अरदास करवा रहे सी भी गुरु कलगी धर महाराज गुरु हरगोबिंद साहब जी गुरु ग्रंथ साहब जी कृपा करन आउंदे मेले नूं ओह खेदो बच्चा चल के महाराज के पावन चरणों में अपने पैरां ते आवे। एक बारी सारी संगत उस बच्चे की चढ़दी कला की दे अरोगता की अरदास करो ते कहो जी नानक नाम चढ़दी कला तेरे पाने सरबत दा भला। ये जिहड़ी साउंड है कि वीर जी उन्होंने की है ना, साडी अपनी घर की साउंड है, बिका साउंड हर प्रचारक के नाल दिली स्नेह करते, कोई साउंड वाला इतना नहीं जो प्रचारकों की माया पा के देना, सुनते ही नहीं गे। इन्हों जो कह दिए वह मन लेंगे ने, बड़े प्यार वाले वीर ने वड्डे पाजी होनी प्रबंधकों के नाल, जो एक बार इन्हों का प्यार पै जाए फिर ए निभता जाता है। सतगुरु महाराज कृपा करन इन्हें कभी पक्कियां नहीं किलियां ठोकियां भी महीने लैने ने, यह वेख लेंगे ने ग्राही के हिसाब न जो कुछ हो फिर उस हिसाब न पेटा करते हैं, तो प्रबंधक भी इन्हों का माण तन पूरा करते हैं। सतगुरु कृपा करे, कले साउंड की सेवा नहीं निभाते, इन्हों जिथे कितने सेवा मिल पवे ना ये सारी सेवा समझ के गुरु के दर से करते हैं, भावें कोई सेवा होवे इन्हां दा नेचर है। महाराज इन्हां दे सिर ते मेर भरिया हाथ रखे, वीर अजैब सिंह नूं परमात्मा चढ़दी कला की दात बख्शे, कारोबारां विच तरक्कियां बख्शे, उन्हां दे भराता जी दे सिर ते परमात्मा मेर भरिया हाथ रखे। महाराज दया करन, गुरु हरगोबिंद साहिब वीर अजैब सिंह नूं पुचंगी की दात दे के नवाजे। ये अरदास है सतगुरां दे पावन पवित्र चरणां दे विच। वीर गुरदेव सिंह जी उन्हां दा धन्नवाद है, गुरु घर दे वजीरां दा बहुत बहुत धन्नवाद, सत्कारयोग ज्ञानी मुख्तियार सिंह जी खालसा उन्हां दा बहुत बहुत धन्नवाद है, असीसां दे के वीर जी हुणे नवाज के गए ने। आप समूह संगतां दा धन्नवाद जी, इन्ने समय विच बोलदियां कोलों कोई अयोग शब्द वरत गया होवां उहदी झोली फैला के आप जी दे कोलों माफ़ी मंगदा है। साथ दे रहा सी वीर कुलदीप सिंह वणीए के भाई बिक्रमजीत सिंह जी लालू घुम्मण, असीं पहलों जदों नवें नवें तुरे अज तो तकरीबन 16-17 साल पहलों, उहदे तो बाद समय ने करवट लई है, किसे पासे मैं किसे पासे चल गया, हुण गुरु साहिब ने कृपा की है कुछ कु दिनों तो असीं इकट्ठे होए। अरदास करियो महाराज दया करे, ज्ञानी हरभजन सिंह जी चंगियाड़ा साहब सुरगवास, ये उन्हां दे चंडे हुए शिगिरद ने,
जिन्हां ने बहुत मेहनत करवाई इन्हां दे कोलों मेरे चंगे पाग ने पिए वीर मेरे नानक खलोता है वीर कुलदीप सिंह जी बनिए के भाई मनदीप सिंह जी नगर कुरकवेंड वो हाजरी भरन वास्ते अज नाल साथ दे रहे सीगे इन्हां वीरां दा भी धन्नवाद है कि जिहड़े खंभ बन के मेरे नाल खलोते ने समूह संगतां दा आओ मैं बेनती कर दिंदा वीर जी हुणे कहिंदे सी कल दे प्रोग्राम बारे कल बड़े उच्च कोटी दे जथे तुहाडे कोल पहुंच रहे ने एक तों एक चढ़ंदियां भाई गुरपेज सिंह जी चविंडा ढाडी जथा जगदीश सिंह जी वडाला ढाडी जथा ते ज्ञानी गुरजंट सिंह जी बैंका हजूरी कवीशरी जथा दल पंथ बहादुर बाबा बिधी चंद साहब जी सुर सिंह यह दल पंथ का कवीशरी जथा कल नूं आप जी दे कोल पहुंचेगा जिहड़े कथावाचक सिंह साहब जी उन्हां नूं इन्हां वीरां ने बेनती की सी उन्हां दा प्रोग्राम क्योंकि आपां कल दा प्रोग्राम 27 नूं कर दिता है उन्हां दा अगां किते प्रोग्राम सी उह कल नूं नहीं आउणगे होर वीरां ने प्रबंध कीता होया है कल दे दीवान विच आप गुरु कीआं संगतां ने सवेर तों लैके शामा तक इसे तरह हाजरी भरनगे साल बाद दिन आउंदे ने खुशे लुट्टो गुरु नानक दे दर करदे महाराज कृपा करन तुहाडियां सभनां दीआं झोलियां भरे तुहाडे नगर दे नौजवान वीरां दे सिर ते परमात्मा मेल भरिया हथ रखे इन्हां नूं चढ़दी कला दे नाल नवाजे पिंड सारचूर दे विच एक तरीक तो लैके एक अप्रैल तो लैके 5 अप्रैल तक बहुत वड्डे 5 दिन दे दीवान सज रहे ने उन्हां दे विच वड्डे वड्डे विद्वान आ रहे ने आप गुरु कीआं संगतां ने उत्थे भी जाके हाजरी भरनी जी इन्हां इक बेनतियां प्रवान करनियां हुईआं बेअंत भुल्लां चुकां दी खिमा बख्शिश करनी वाहेगुरु जी का खालसा वाहेगुरु जी की फतेह वाहेगुरु जी की फतेह वाहेगुरु जी की